ਫਿਰ ਅਰਸ਼ਾਂ ਤੇ ਪਹੁੰਚਾ ਦੀ ਲੋਕਣੀ ਦੇ ਕੈਨੇਡਾ ਦੇ ਵਿੱਚੋਂ ਕਬੱਡੀ ਖਤਮ ਹੋਣ ਕੰਡੇ ਜਲ ਗਈ ਸੀ। ਇਹ ਵੱਡਾ ਧੰਨਵਾਦ ਹੈ ਨੈਸ਼ਨਲ ਫੈਡਰੇਸ਼ਨ ਵਾਲੇ ਵੀਰਾਂ ਦਾ, ਸ਼ਿੰਦਾ ਅਚਰਵਾਲ ਜੀ, ਸਾਬੀ ਤੱਖੜ ਜੀ, ਥਾਂਦੀ ਬ੍ਰਦਰ, ਨਾਲ ਵੀਰ ਜਿੰਨੇ ਵੀ ਹੈ, ਜਹਨਾ ਬਲੀਨਾ ਜੀ, ਨੀਟੂ ਕੰਗ ਜੀ, ਜੱਗਾ ਰਾਜਸਥਾਨੀ ਬਲਜਿੰਦਰ ਲਤਾਲਾ ਜੀ USA ਤੇ ਨਾਲ ਗਾਜੀਆਂ ਕਾਲਾ, ਬਹੁਤ ਵੱਡਾ ਮਾਣ ਹੈ। ਰੂਸਾਂ ਵਾਲੇ ਅਮਨ ਨਾਲ ਵੱਡੀ ਜਾ ਰਹੀ ਹੈ ਗਾਜੀਆਂ ਦੇ ਕਾਲੇ ਲਈ। ਲਓ ਟੀਮਾਂ ਦੋਨੋਂ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਹੈ ਕਿ ਧੌਸਾ ਵੱਜਿਆ, ਕੂਚ ਦਾ ਹੁਕਮ ਹੋਇਆ, ਚੜੇ ਸੂਰਮੇ ਸਿੰਘ ਦਲੇਰ ਮੀਆਂ, ਚੜੇ ਸਭੇ ਮਜਾਲ ਦਬਾਬੀਏ ਜੀ, ਹੋਇਆ ਹੁਕਮ ਨਾ ਲਾਉਣ ਦੇ ਦੇਰ ਮੀਆਂ। ਭੋਲੀ ਜੱਜਾਂ ਕਬੱਡੀ ਪਲੇਅਰ ਹੈ, ਟਾਊ ਦਾ ਪਲੇਅਰ ਹੈ ਭੋਲੀ ਜੱਜਾਂ ਵਾਲਾ, ਉਸ ਵੀਰ ਦਾ ਧੰਨਵਾਦ ਹੈ। ਫੌਜੀ ਪੁੱਜਾ ਹੈ ਕਿ ਜੇ ਜਾਣ ਪਹਿਚਾਣ ਦਾ ਮਸਾਜ ਨਹੀਂ, ਕਬੱਡੀ ਜਗਤ ਨੂੰ ਵੱਡੀ ਦੇਣ ਹੈ। ਔਰ ਦੋਨੋਂ ਟੀਮਾਂ ਅੰਡਰ 17, ਦੋਨਾਂ ਟੀਮਾਂ ਨੂੰ ਵਿਣ ਅੰਡਰ 17 ਦੋਨੋਂ ਟੀਮਾਂ ਆ ਜਾਣ। ਭੋਲੀ ਮੇਰਾ ਵੀਰ, ਉਹਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਣਾ ਅੰਡਰ 17 ਦੀਆਂ ਟੀਮਾਂ। ਡੇਰਾ ਪਠਾਣਾ ਦਾ ਗੱਜਣ ਕਹਿੰਦੇ ਕਬੱਡੀ ਜਗਤ ਦਾ ਮਹਾਨ ਪਲੇਅਰ ਹੈ। ਲਓ ਫਾਈਨਲ ਦਾ ਮੁਕਾਬਲਾ ਸ਼ੁਰੂ ਹੋਣ ਲੱਗਾ, ਮੈਚ ਫਾਈਨਲ ਦਾ ਵੇਖ ਲਓ ਹੋਣ ਲੱਗਾ। ਗੱਭਰੂ ਫਿਰਦੇ ਆ, ਖਿੱਚੀ ਤਿਆਰੀਆਂ ਨੇ, ਉਹਦੇ ਬੈਸਟ ਰੇਡਰ, ਕੋਈ ਬੈਸਟ ਯਾਫੀ, ਕਈਆਂ ਵਿੱਚ ਵਿਦੇਸ਼ਾਂ ਮੱਲਾਂ ਮਾਰੀਆਂ ਨੇ, ਲੋਕੀ ਕਰਦੇ ਨੇ ਗੱਲਾਂ ਇਹਨਾਂ ਦੇ ਵੇਖ, ਜਿਸੇ ਸੋਹਣੇ ਬਣਾਏ ਨੇ ਸਰੀਰ ਖਿਡਾਰੀਆਂ ਨੇ। ਲੱਖੀ ਸਿੱਧਵਾਂ ਅੱਜ ਦਾ ਕੱਪ ਕੌਣ ਜਿੱਤੂ, ਟੀਮਾਂ ਦੋਨੇ ਹੀ ਪਾਸੇ ਧਾਰੀਆਂ ਨੇ ਕਿ ਲੱਖੇ ਸਿੱਧਵਾਂ ਅੱਜ ਦਾ ਕੱਪ ਕੌਣ ਜਿੱਤੂ, ਟੀਮਾਂ ਦੋਨੇ ਹੀ ਪਾਸੇ ਭਾਰੀਆਂ ਨੇ। ਹਾਂਜੀ ਦੁੱਲਾ ਵਧਣੀ ਜੀ, ਇਸ ਮੈਚ ਦੇ ਲਈ 3 ਮਿੰਟ ਬਾਕੀ ਹੈ, ਟੀਮਾਂ ਨੂੰ ਬੇਨਤੀ ਹੈ 3 ਮਿੰਟ ਬਾਕੀ ਹੈ, ਨਹੀਂ ਤੇ ਉਸ ਤੋਂ ਬਾਅਦ ਫੈਨ ਸ਼ੁਰੂ ਹੋ ਜਾਣਾ। ਰਾਜ ਪੁਰੇਵਾਲ ਜੀ, ਹਰਜੀਤ ਕਲੱਬ ਦੇ ਜਿਲ੍ਹੇ ਪ੍ਰਮੋਟਰ ਸਪੋਰਟਰ ਨੇ, ਯਾਦਗਾਰੀ ਤਸਵੀਰ ਹੋਏਗੀ। ਰਾਜ ਵਧਣੀ ਜੀ ਕਹਿੰਦੇ ਖੇਡਣਾ ਦੇ ਵਿੱਚ ਟੀਮ ਦੇ ਨਾਲ ਦਵਿੰਦਰ ਮਾਨ, ਸਵਰਨ ਬਾਠ, ਦਵਿੰਦਰ ਮਾਨ ਉਹ ਬੇਨਤੀ ਹੈ, ਸਵਰਨ ਬਾਠ ਦਾ ਦੋਸਤ ਹੈ, ਆਪਦਾ ਸਨਮਾਨ ਲਵੇਗਾ। ਝੋਲੀ ਦਾ ਵਿਸ਼ੇਸ਼ ਸਨਮਾਨ ਨੀਟੂ ਕੰਗ ਜੀ, ਨਾਲ ਸਾਡੇ ਦੁੱਲਾ ਜੀ ਦੇ ਕਾਲਾ ਗਾਜੀ ਆਣੀ ਆ, ਝੋਲੀ ਦਾ ਸਨਮਾਨ ਹੈ। ਜੱਗਾ ਰਾਜਸਥਾਨੀ ਜੀ, ਗੁੱਲੂ ਪੱਡਾ ਜੀ, ਗੁੱਲੂ ਪੱਡਾ ਪੱਡੇ ਪਿੰਡ ਦਾ ਵੱਡਾ ਨਾਮ, ਗੁੱਲੂ ਪੱਡਾ ਜੀ ਸੀਨੀਅਰ ਪਲੇਅਰ ਹੈ, ਕਬੱਡੀ ਜਗਤ ਚ ਵੱਡਾ ਮਾਣ ਵੀ ਹੈ ਗੁੱਲੂ ਪੱਡਾ ਜੀ। ਇੱਧਰ ਮੱਖਣ ਸੈਦੋਗੇ, ਉੱਧਰ ਪੰਮਾ ਧੰਜੂ, ਬੜੀ ਚੜ੍ਹਾਈ ਅੱਜ ਕੱਲ੍ਹ ਸਾਡੇ ਵਾਲੇ ਮੱਖਣ ਦੀ, ਹਿੰਦ ਕਿਸੇ ਵਿੱਚ ਹੈਗੀ ਨਹੀਂ ਕਾਗੇ ਨੂੰ ਰੱਖਣ ਦੀ। ਮੱਖਣ ਸੈਦੋਗੇ ਦੀਆਂ ਗੱਲਾਂ ਗੀਤਾਂ ਦੇ ਵਿੱਚ ਹੋਈਆਂ, ਮੱਖਣ ਤੇ ਗੁੱਲੂ ਪੱਡਾ ਜੀ, ਸਵਰਨ ਬਾਰ ਜੀ, ਦਵਿੰਦਰ ਮਾਨ ਜੀ, ਉਹਨਾਂ ਦਾ ਸਨਮਾਨ ਹੈ ਦਵਿੰਦਰ ਮਾਨ ਜੀ। ਮੱਖਣ ਤੇ ਗੁੱਲੂ ਪੱਡਾ ਜੀ ਉਹ ਰੈਫਰੀ ਕਰਨਗੇ, ਗੁੱਲੂ ਪੱਡਾ ਤੇ ਮੱਖਣ ਜੀ ਰੈਫਰੀ ਉਹਨਾਂ ਵੱਲੋਂ ਕੀਤੀ ਜਾਣੀ ਹੈ। ਯੂਥ ਕਬੱਡੀ ਕਲੱਬ ਨੂੰ ਬੇਨਤੀ ਆ ਜਲਦੀ ਨਾਲ ਖੇਡ ਮੈਦਾਨ ਪਹੁੰਚੇ, 1 ਮਿੰਟ ਦਾ ਸਮਾਂ ਜੋ ਬਾਕੀ ਆ। ਯੂਥ ਕਬੱਡੀ ਕਲੱਬ ਪਲੀਜ਼ ਜਲਦੀ ਨਾਲ ਖੇਡ ਮੈਦਾਨ ਪਹੁੰਚੇ। ਉੱਧਰ ਹਰਜੀਤ ਸਿੰਘ ਜੀ ਗਿੱਲ, ਰੇਡੀਓ ਸ਼ੇਰੇ ਪੰਜਾਬ ਤੋਂ ਜੋ ਲੋਕ ਸਾਥ ਪ੍ਰੋਗਰਾਮ ਪੇਸ਼ ਕਰਦੇ ਨੇ, ਸੋ ਜਿੱਥੇ ਰੇਡੀਓ ਨਾਲ ਜੁੜੇ ਹੋਏ ਨੇ, ਮੀਡੀਆ ਨਾਲ ਜੁੜੇ ਹੋਏ ਨੇ, ਸੋ NDP ਦੇ ਵੱਲੋਂ ਚੋਣ ਲੜ ਰਹੇ ਨੇ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਲਈ, ਸੋ ਉਹਨਾਂ ਦੀ ਆਪਾਂ ਸਾਰਿਆਂ ਸਪੋਰਟ ਕਰਨੀ ਆ। ਬਹੁਤ ਬਹੁਤ ਜੀਆ ਨੂੰ ਹਰਜੀਤ ਸਿੰਘ ਜੀ ਗਿੱਲ ਮਕਸੂੜੇ ਵਾਲੇ, ਬਹੁਤ ਬਹੁਤ ਧੰਨਵਾਦ ਜੀਆ ਨੂੰ, ਹਰਜੀਤ ਬਾਜਾਖਾਨਾ ਕਬੱਡੀ ਕਲੱਬ ਵੱਲੋਂ ਤੇ ਯੂਥ ਕਬੱਡੀ ਕਲੱਬ ਜਲਦੀ ਨਾਲ ਖੇਡ ਮੈਦਾਨ ਪਹੁੰਚੇ। ਯੂਥ ਕਬੱਡੀ ਕਲੱਬ ਨੂੰ 2 ਮਿੰਟ ਦਾ ਸਮਾਂ ਹੈ, ਆਹ ਤਾਂ ਉਹੀ ਗੱਲ ਹੋ ਗਈ, ਬਾਜਾਂ ਮਾਰੀਆਂ ਬੁਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਯੂਥ ਕਬੱਡੀ ਕਲੱਬ ਨੂੰ ਬੇਨਤੀ ਹੈ ਉਹ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ ਚ ਆ ਜਾਵੇ। ਯੂਥ ਕਬੱਡੀ ਕਲੱਬ ਮਨਜੋਤ ਮਾਛੀਵਾੜੇ ਦਾ, ਤੇਰਾ ਵੀਰ ਖੇਡ ਮੈਦਾਨ ਚ ਪੁੱਜ ਗਿਆ, ਮਾਛੀਵਾੜੇ ਦਾ ਮਨਜੋਤ। ਇੱਧਰ ਜਤੀ ਸਿੱਧੂ ਜੀ ਦਾ ਮੈਂਬਰ ਆਫ ਪਾਰਲੀਮੈਂਟ ਨੇ ਪਹੁੰਚੇ ਨੇ ਲਿਬਰਲ ਵੱਲੋਂ, ਸੋ ਉਹਨਾਂ ਦਾ ਮਾਣ ਸਮਾਂ ਕੀਤਾ ਜਾ ਰਿਹਾ। ਰਾਜ ਜੀ ਕਹਿੰਦੇ, ਇਕਬਾਲ ਸਾਹਿਬ ਜੀ ਦੱਸਦੇ ਨੇ ਕਿ ਜਿਹੜੇ ਪਲੇਅਰਾਂ ਨੂੰ ਵੀਜ਼ੇ ਲਵਾਏ ਨੇ, ਬੜਾ ਸਹਿਯੋਗ ਰਿਹਾ ਜਤੀ ਸਿੱਧੂ ਜੀ ਦਾ, ਬਹੁਤ ਬਹੁਤ ਧੰਨਵਾਦ। ਨਾ ਸਤਿੰਦਰ ਸਿੱਧੂ ਜੀ ਕਿ ਜੁਗ ਜੁਗ ਵਸੇ ਕਨੇਡਾ ਨਹੀਂ ਮੇਰੇ ਪੁੱਤ ਪਰਦੇਸੀਆਂ ਲਈ, ਗੱਲ ਹਰਦੀਪ ਨੇ ਗਾਣਿਆਂ ਦੇ ਵਿੱਚ ਗੱਲ ਕੀਤੀ, ਬਹੁਤ ਸੋਹਣੇ ਲਿਖਾਰੀ ਨੇ ਸਤਿੰਦਰ ਸਿੱਧੂ ਜੀ। ਉੱਧਰ ਜੀ ਜਦੋਂ 16 ਅਪ੍ਰੈਲ 1998 ਨੂੰ
ਕਬੱਡੀ ਦਾ ਸਟਾਰ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਕੇ ਚਲੇ ਗਿਆ ਤੇ ਅਗਲੇ ਸਾਲ ਜੱਗੇ ਰਾਜਸਥਾਨੀ ਨੇ ਕੈਨੇਡਾ ਦੇ ਵਿੱਚ ਹਰਜੀਤ ਸਭ ਤੋਂ ਪਹਿਲੀ ਜਿਹੜੀ ਹਰਜੀਤ ਨੂੰ ਕਿਸੇ ਯਾਦ ਕੀਤਾ ਤੇ ਜੱਗੇ ਰਾਜਸਥਾਨੀ ਨੇ ਅਗਲੇ ਸਾਲ ਇੱਥੇ ਕਲੱਬ ਬਣਾਈ ਹਰਜੀਤ ਬਾਜੇਖਾਨੇ ਦੀਆਂ ਜਿਹੜੀ ਮਿੱਤਰਕ ਦੇਹ ਆ ਉਹਦੇ ਆਖਰੀ ਦਰਸ਼ਨ ਦਾਸ ਨੇ ਖਰੜ ਦੇ ਸਰਕਾਰੀ ਹੋਸਪਿਟਲ ਦੇ ਵਿੱਚ ਕੀਤੇ ਕਿਉਂਕਿ ਉਸ ਟਾਈਮ ਜਿਹੜੀਆਂ ਉਹਨਾਂ ਦੀ ਡੈੱਡ ਬੋਡੀਆਂ ਸਰਕਾਰੀ ਹਸਪਤਾਲ ਖਰੜ ਦੇ ਵਿੱਚ ਰੱਖੀਆਂ ਗਈਆਂ ਸੀ ਮੁੰਡੀ ਖਰੜ ਦੇ ਲਾਗੇ ਐਕਸੀਡੈਂਟ ਹੋਇਆ ਸੀ ਦਾਸ ਉਦੋਂ ਚੰਡੀਗੜ੍ਹ ਨੌਕਰੀ ਕਰਦਾ ਸੀ ਟੈਲੀਫੋਨ ਕੇਬਲ ਦੇ ਵਿੱਚ ਜਦੋਂ ਪਤਾ ਲੱਗਾ ਕਿ ਕਬੱਡੀ ਦੇ ਉਹ ਸਟਾਰ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੇ ਗਏ ਆ ਅਤੇ ਸੰਗਤਾਂ ਦਾ ਹੜ੍ਹ ਮੁੰਡੀ ਖਰੜ ਦੇ ਹੋਸਪਿਟਲ ਦੇ ਵਿੱਚ ਟੁੱਟਿਆ ਅਤੇ ਉਹਨਾਂ ਖਿਡਾਰੀਆਂ ਦੇ ਜਿਹੜੇ ਅੰਤਿਮ ਦਰਸ਼ਨ ਹੈ ਉਹ 16 ਅਪ੍ਰੈਲ 1998 ਨੂੰ ਖਰੜ ਦੇ ਸਰਕਾਰੀ ਹੋਸਪਿਟਲ ਵਿੱਚ ਕੀਤੇ ਵਾਹ ਨਿਤ ਨਿਤ ਨੀ ਦੁਨੀਆ ਤੇ ਆਉਣਾ ਮਨ ਨੂੰ ਇਹ ਸਮਝਾ ਲਾ ਲੱਖਾਂ ਵਿੱਚ ਹੋਲੇ ਇੱਕ ਬਣਦਾ ਏ ਕਬੱਡੀ ਜਗਤ ਦਾ ਵੱਡਾ ਮਾਨ ਤੇ ਰਾਜ ਵਧਨੀ ਜੀ ਰਾਜ ਵਧਨੀ ਜੀ ਵੀ ਕਬੱਡੀ ਨੂੰ ਵੱਡੀ ਦੇਣ ਹੈ ਰਾਜ ਵਧਨੀ ਜੀ ਹਰਜੀਤ ਬਾਜਾਖਾਨਾ ਦੀ ਯਾਦ ਚ ਰਾਓ ਜੀ ਦਾਰਾ ਮਠੱਡਾ ਜੀ ਕਿਤੇ ਖਾਣ ਬਣਿਆ ਸੀ ਤੂੰ ਕਿਹੜਾ ਕਬੱਡੀ ਦਾ ਪ੍ਰਮੋਟਰ ਦਾਰਾ ਮਠੱਡਾ ਹੈ ਦਾਰਾ ਮਠੱਡਾ ਜੀ ਇੱਧਰ ਮਾਨ ਸਨਮਾਨ ਸੁੱਖਾ ਜੀ ਇੱਕ ਮਿੰਟ ਮੈਂਬਰ ਆਫ ਪਾਰਲੀਮੈਂਟ ਜਦੀ ਸਿੱਧੂ ਜੀ ਦਾ ਉਸ ਤੋਂ ਬਾਅਦ ਸਤਿੰਦਰ ਸਿੱਧੂ ਜੀ ਜੋ ਲਿਖਾਰੀ ਨੇ ਸੋ ਬਹੁਤ ਵਧੀਆ ਸ਼ਾਇਰੀ ਕਰਦੇ ਨੇ ਪੋਇਟਰੀ ਲਿਖਦੇ ਨੇ ਗੀਤਕਾਰ ਵੀ ਨੇ ਸੋ ਉਹਨਾਂ ਦਾ ਵੀ ਸਨਮਾਨ ਸ਼ਿੰਦਾ ਅਚਰਵਾਲ ਜੀ ਨਾਲ ਸਾਡੇ ਐਸ ਪੀ ਸਾਹਿਬ ਨਾਲ ਜੀਵਨ ਰਾਏਕੋਟ ਜੀ ਸੋ ਜੱਗਾ ਰਾਜਸਥਾਨੀ ਜੀ ਬਲਜਿੰਦਰ ਲਤਾੜਾ ਕਾਲਾ ਗਾਜਿਆਣੀਆਂ ਸੋ ਸਾਡੇ ਸਵਰਨ ਬਾਠ ਜੀ ਸੋ ਸਾਰੇ ਵੀਰਾਂ ਵੱਲੋਂ ਰਲ ਮਿਲ ਕੇ ਇਕਬਾਲ ਸਵੈਦ ਜੀ ਸੋ ਪਾਲੀ ਵਿਦੇਸ਼ਾ ਸਾਰੇ ਵੀਰਾਂ ਵੱਲੋਂ ਜੋ ਮਾਨ ਸਨਮਾਨ ਕੀਤਾ ਜਾ ਰਿਹਾ ਕਹਿੰਦੇ ਕਬੱਡੀ ਨੂੰ ਜਨਮਦਾਤਾ ਮੇਰਾ ਵੀਰ ਲੱਡੂ ਜਹਾਂਗੀਰ ਤੇ ਗੋਲਡੀ ਖਟੜੇ ਹੋਣੀ ਉਹ ਵੀ ਪੁੱਜ ਗਏ ਆ ਸਿਰੇ ਦੇ ਮੈਚ ਖੇਡ ਮੈਦਾਨ ਦੇ ਵਿੱਚ ਖੇਡੇ ਜਾਣੇ ਆ ਡੀ ਐਸ ਪੀ ਸਾਹਿਬ ਦਾ ਮਾਨ ਸਨਮਾਨ ਇੱਧਰ ਕੀਤਾ ਗਿਆ ਤੇ ਹੁਣ ਜਾਣ ਪਹਿਚਾਣ ਯੂਥ ਕਬੱਡੀ ਕਲੱਬ ਤੇ ਦੂਸਰੇ ਪਾਸੇ ਜਿਹੜੀ ਟੀਮ ਫਾਈਨਲ ਦੇ ਲਈ ਹਰਜੀਤ ਬਾਜਾਖਾਨਾ ਦੋਵੇਂ ਟੀਮਾਂ ਲਾਈਨ ਅਪ ਹੋ ਜਾਣ ਪਲੀਜ਼ 2 ਮਿੰਟ ਦੇ ਲਈ ਉੱਧਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੱਸੀ ਸਹੋਤਾ ਇੱਥੋਂ ਦਾ ਜੰਪਲ ਹੈ ਵਰਲਡ ਪੁਲਿਸ ਦੇ ਵਿੱਚ ਗੋਲਡ ਮੈਡਲ ਲੈ ਕੇ ਆਇਆ ਹੁਣੇ ਹੁਣੇ ਖਬਰ ਪੁੱਜੀ ਇੱਕ ਰਾਤ ਤਾੜੀ ਮਾਰ ਦੋ ਦੇ ਨਾਂ ਤੇ ਰੈਸਲਿੰਗ ਦੇ ਵਿੱਚੋਂ ਗੋਲਡ ਮੈਡਲ ਲੈ ਕੇ ਆਇਆ ਉੱਧਰ ਬਿੱਟੂ ਰੰਧਾਵਾ ਕੈਨੇਡਾ ਮੇਰਾ ਵੀਰ 50 ਕਿਲੋ ਵੇਟ ਓਵਰ 50 ਮੋਢੇ ਤੇ ਰੱਖ ਕੇ ਬੈਠਕਾਂ ਮਾਰਦਾ ਕਹਿੰਦਾ ਜੇ ਕਿਸੇ ਨੇ ਬੋਕ ਦੇ ਸਿੰਘਾਂ ਨੂੰ ਹੱਥ ਲਾਉਣਾ ਉਹਦੇ ਨਾਲ ਤਾਂ ਦੇਖ ਸਕਦਾ ਲਾ ਕੇ ਕਿਉਂਕਿ ਮੇਰਾ ਮਾਝੇ ਦਾ ਮਜਾਇਲ ਹੈ ਗੁਆਂਢੀ ਹੈ ਪਿੰਡ ਉਹਦਾ ਬਿਲਕੁਲ ਏਅਰਪੋਰਟ ਦੇ ਲਾਗੇ ਪਹਿਲਾਂ ਮੇਰਾ ਵੀ ਜ਼ਿਲ੍ਹਾ ਅੰਮ੍ਰਿਤਸਰ ਸੀ ਹੁਣ ਤਰਨ ਤਰਨ ਬਣ ਗਿਆ ਜ਼ਿਲ੍ਹੇ 2 ਹੋ ਗਏ ਉਸ ਵੀਰ ਦਾ ਧੰਨਵਾਦ ਹੈ ਉਹ ਕਹਿੰਦਾ ਸਰੀ ਗੁਰੂ ਘਰ ਦੇ ਵਿੱਚ ਜਿਹੜੀਆਂ ਉਹ ਆਪਾਂ ਕਰਤਵ ਦਿਖਾਵਾਂਗੇ ਜੇ ਕਿਸੇ ਨੇ ਤਿਆਰੀ ਖਿੱਚਣੀ ਉਹਨਾਂ ਚਿਰ ਨੂੰ ਪੱਟਾਂ ਨੂੰ ਤੇਲ ਲਾ ਲਓ ਇਹਨਾਂ ਕਹਿ ਤਾਂ ਹੁਣੇ ਆਵਾਜ਼ ਦਿੱਤੀ ਜਾ ਕੇ ਆਹ ਬੇਨਤੀ ਦੋਵੇਂ ਟੀਮਾਂ ਲੈਣੇ ਫੋਟੋ ਪਲੀਜ਼ ਆ ਜਾਓ ਬੇਨਤੀ ਦੋਵੇਂ ਟੀਮਾਂ ਲੈਣੇ ਫੋਟੋ ਨੂੰ ਫੋਟੋ ਜੋ ਯਾਦਗਾਰੀ ਹੋਵੇਗੀ ਫਾਈਨਲ ਦਾ ਮੁਕਾਬਲਾ ਗੁਰਦੇਵ ਚਮਕੀਲਾ ਜੀ ਸਰਦਾਰਾ ਔਜਲਾ ਜੀ ਮਠੱਡਿਆਂ ਵਾਲੇ ਸੋ ਯਾਦ ਕਬੱਡੀ ਕਲੱਬ ਦਾ ਵੱਡਾ ਨਾਮ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸੋ ਗੁਰਦੀਪ ਸਿੱਧੂ ਜੀ ਗੁਲੂ ਪੱਡਾ ਜੀ ਲੋ ਦੋਵੇਂ ਟੀਮਾਂ ਨੂੰ ਬੇਨਤੀ ਆ ਹਰਜੀਤ ਸਿੰਘ ਜੀ ਗੈਲ ਸਾਹਿਬ ਜੋ ਟੀਮਾਂ ਨਾਲ ਇੰਟਰਡਕਸ਼ਨ ਕਰਨਗੇ ਐਨ ਡੀ ਪੀ ਤੋਂ ਨਿਊਟਨ ਦੇ ਹਲਕੇ ਤੋਂ ਜੋ ਉਮੀਦਵਾਰ ਨੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਸੋ ਆਪਾਂ ਸਾਰਿਆਂ ਨੇ ਇਹਨਾਂ ਦੀ ਵੀ ਵੋਟ ਐਂਡ ਸਪੋਰਟ ਕਰਨੀ ਆ ਇਸ ਸਮੇਂ ਹਰਜੀਤ ਸਿੰਘ ਜੀ ਗਿੱਲ ਨਾਲ ਸਾਡੇ ਰੀਟੂ ਕੰਗ ਜੀ ਬਲਜਿੰਦਰ ਲਤਾੜਾ ਜੀ ਰਾਜ ਬਦਨੀ ਸ਼ਿੰਦਾ ਅਚਰਵਾਲ ਕਾਲਾ ਗਾਜੀਆਣੀਆ ਜਤੀ ਸਿੱਧੂ ਜੀ ਮੈਂਬਰ ਆਫ ਪਾਰਲੀਮੈਂਟ ਇਕਬਾਲ ਸਵੈਦ ਜੀ ਸੋ ਸਾਰੇ ਜਾਣ ਪਹਿਚਾਣ ਕਰ ਰਹੇ ਨੇ ਪਲੇਅਰਾਂ ਦੇ ਨਾਲ ਸੋ ਨਾਲ ਸਾਡੇ 3-star ਟਰੈਕਿੰਗ ਤੋਂ ਹਰਬਖਸ਼ ਰਾਏ ਜੀ ਸੋ ਲਾਈਨ ਅਪ ਪਲੀਜ਼ ਸਤਿੰਦਰ ਸਿੱਧੂ ਜੀ ਇਕਬਾਲ ਸਵੈਦ ਜੀ ਨੇਕਾ ਨਕੋਦਰ ਜੀ ਨਾਲ ਫੌਜੀ ਕੁਰੜ ਛਾਪਾ ਜੈਲਾ ਧੂੜ ਕੋਟੀਆ ਸੋ ਯਾਦਗਾਰੀ ਤਸਵੀਰ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਜਾਣ ਪਛਾਣ ਕੀਤੀ ਜਾ ਰਹੀ ਆ ਜਦੀ ਸਿੱਧੂ ਜੀ ਮੈਂਬਰ ਆਫ ਪਾਰਲੀਮੈਂਟ ਆਉਣ ਵਾਲੇ ਜੋ ਮੈਂਬਰ ਹੋਣਗੇ ਹਰਜੀਤ ਸਿੰਘ ਜੀ ਗਿੱਲ ਐਨ ਡੀ ਪੀ ਵੱਲੋਂ ਜੋ ਉਮੀਦਵਾਰ ਨੇ ਸ਼ੇਰੇ ਪੰਜਾਬ ਰੇਡੀਓ ਤੇ ਵੀ ਮੀਡੀਆ ਦੇ ਦੁਨੀਆ ਦਾ ਵੱਡਾ ਨਾਮ ਸੋ ਉੱਥੇ ਹੀ ਐਨ ਡੀ ਪੀ ਵੱਲੋਂ ਨਿਊਟਨ ਤੋਂ ਜੋ ਚੋਣ ਲਾ ਰਹੇ ਨੇ ਦਾਰਾ ਔਜਲਾ ਜੀ ਫੌਜੀ ਕੋਟ ਛਾਪਾ ਗੁਰਦੇਵ ਚਮਕੀਲਾ ਜੀ
ਵੀਰ ਵੱਡਾ ਕਰ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਜਾਵਾਂਗੇ ਸਰ ਇਧਰ ਇੱਕ ਯਾਦਗਾਰੀ ਤਸਵੀਰ ਕਰਵਾਈ ਜਾਣੀ ਹੈ ਇਹਨਾਂ ਖਿਡਾਰੀਆਂ ਦੇ ਨਾਲ ਕਿ ਹਨੇਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਹੈ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਯਾਦਾਂ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੇ ਨਾਲ ਜੋ ਟੀਮ ਹੈ ਉਹ ਯੂਥ ਕਬੱਡੀ ਕਲੱਬ ਦੀ ਟੀਮ ਜਤੀ ਸਿੱਧੂ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਮਾਣਯੋਗ ਸ਼ਖਸੀਅਤਾਂ ਦਾ ਬਲਵੀਰ ਬੈਂਸ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਪ੍ਰਿੰਸ ਰੂਫਿੰਗ ਵੱਡਾ ਨਾਮ ਸੋ ਜਿੱਥੇ ਨਿਕਾ ਨਕੋਦਰ ਜੀ ਬਲਵੀਰ ਬੈਂਸ ਜੀ ਸਾਉਣ ਵਾਲੇ ਵੀਰ ਨੂੰ ਮੇਰੀ ਬੇਨਤੀ ਹੈ ਘੁੰਮਣਾ ਦਾ ਵੱਡਾ ਨਾਮ ਵੱਡਾ ਕਬੱਡੀ ਕੱਪ ਦਾਰਾ ਮਠੱਡਾ ਜੀ ਆਜ਼ਾਦ ਕਬੱਡੀ ਕਲੱਬ ਸੋ ਬਹੁਤ ਬਹੁਤ ਧੰਨਵਾਦ ਗੁਰਦੇਵ ਚਮਕੀਲਾ ਫੌਜੀ ਕੁਰੜਛਪ ਹਰਵਿੰਦਰ ਲੱਡੂ ਜੀ ਕੁਲਵੀਰ ਦੂਲੇ ਸੋ ਨੈਸ਼ਨਲ ਕਬੱਡੀ ਐਸੋਸੀਏਸ਼ਨ ਪ੍ਰਧਾਨ ਸ਼ਿੰਦਾ ਚਰਵਾਲ ਜੀ ਜੀਵਨ ਰਾਏਕੋਟ ਇਕਬਾਲ ਫੈਜ ਜੀ ਗੁਰਜੀਤ ਬਾਪਲਾ ਰਾਜ ਬਦਨੀ ਜੀ ਸੋ ਸਾਰੇ ਹੀ ਵੀਰ ਗੋਲਡ ਖਿਡੜਾ ਜੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੈਨਰ ਹੇਠ ਅੱਜ ਦਾ ਫਾਈਨਲ ਦਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਸੋ ਬਹੁਤ ਵਧੀਆ ਤਕੜਾ ਮੁਕਾਬਲਾ ਹੋਵੇਗਾ ਸਾਡੀ ਤੱਖਰ ਜੀ ਜੋਨਾ ਬਲੇਨਾ ਇੰਦਰਜੀਤ ਸਿੰਘ ਜੀ ਰੂਮੀ ਸੋ ਸਾਰੇ ਵੀਰਾਂ ਦਾ ਧੰਨਵਾਦ ਤਕੜੇ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ ਕਿ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਕ ਬਣ ਕੇ ਜ਼ਿੰਦਗੀ ਦੀਆਂ ਮੌਜਾਂ ਉਹਨਾਂ ਰੱਜ ਰੱਜ ਕੇ ਮਾਣੀਏ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਬੜਾ ਤਕੜਾ ਮੁਕਾਬਲਾ ਹੋਵੇਗਾ ਜਲੇ ਵੀਰ ਦੇਖਣ ਵਾਲਾ ਕੋਈ ਫ੍ਰਿਜ ਨੂੰ ਤਾਂ ਪਹੁੰਚਿਆ ਅੱਜ ਸੋ ਢੋਰ ਕੋਟੀ ਆ ਜਲ ਆ ਸਾਡਾ ਵੀਰ ਸੋ ਜਗਦੇਵ ਭਲਵਾਨ ਜੀ ਸੋ ਧੂੜਕੋਟ ਵੱਡਾ ਨਾਮ ਧੂੜਕੋਟ ਦਾ ਜਿੰਨੇ ਕੁ ਐਮ ਫੋਰ ਦੇ ਵਿੱਚ ਉਹਨੇ ਕੁ ਸਰੀ 'ਚ ਉਹਨੇ ਕੁ ਫ੍ਰਿਜਨੋ ਵਿੱਚ ਵੀ ਵੱਸਦੇ ਨੇ ਸੋ ਬਹੁਤ ਬਹੁਤ ਧੰਨਵਾਦ ਲੋ ਫਾਈਨਲ ਦਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਦੋਨੇ ਟੀਮਾਂ ਬਿਲਕੁਲ ਤਿਆਰ ਬਰ ਤਿਆਰ ਬੜਾ ਤਕੜਾ ਮੁਕਾਬਲਾ ਹੋਵੇਗਾ ਯੂਥ ਕਬੱਡੀ ਕਲੱਬ ਦੇ ਏ ਸਟਾਰ ਆਡੋ ਵਧੀਆ ਸੇਵਾ ਰਾਣਾ ਜੀ ਜੋ ਮੇਨ ਸਪੋਂਸਰ ਨੇ ਜਸਵੰਤ ਸਿੰਘ ਜੀ ਖੜਗ ਉੱਤਮ ਖੇਡ ਕਬੱਡੀ ਵੱਡਾ ਨਾਮ ਸੋ ਨਾਲ ਮਨਮੀਤ ਖੜਗ ਲੱਖ ਕੇ ਜਿਗਰ ਉੱਧਰ ਮੱਖਣ ਅਲੀ ਜੀ ਦਾ ਸਰਾਫਤ ਅਲੀ ਖਾਨ ਮੱਖਣ ਅਲੀ ਜੀ ਦਾ ਲੱਖ ਕੇ ਜਿਗਰ ਉਹ ਵੀ ਅੱਜ ਫੋਟੋਆਂ ਖਿੱਚ ਰਹੇ ਨੇ ਬਹੁਤ ਬਹੁਤ ਜੀਆਂ ਨੂੰ ਧੰਨਵਾਦ ਸ਼ੌਕਤ ਅਲੀ ਸਰਾਫਤ ਅਲੀ ਜਸਵੰਤ ਖੜਗ ਸੋ ਸਾਰੇ ਸੋ ਬੇਨਤੀ ਹੈ ਦੋ ਦੋ ਹੀ ਜਿਹੜੇ ਹੋ ਸਪੋਟਰ ਹੋਣਗੇ ਦੋਨਾਂ ਟੀਮਾਂ ਨਾਲ ਬਾਕੀ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਰਾਜ ਪੁਰੇਵਾਲ ਜੀ ਸੋ ਬੇਨਤੀ ਕਰ ਰਹੇ ਨੇ ਉੱਧਰ ਸੇਵਾ ਰਾਣਾ ਜੀ ਯੂਥ ਕਬੱਡੀ ਕਲੱਬ ਦੇ ਲਈ ਵੱਡੇ ਸਪੋਂਸਰ ਨੇ ਬਹੁਤ ਬਹੁਤ ਧੰਨਵਾਦ ਹਰਵਿੰਦਰ ਬਦੇਸ਼ਾ ਜੀ ਬਦੇਸ਼ਾ ਇਲੈਕਟ੍ਰੀਕਲ ਤੋਂ ਬੂਟਾ ਜੌਲ ਜੀ ਸਾਰੇ ਵੀਰਾਂ ਨੂੰ ਧੰਨਵਾਦ ਕਰਦੇ ਜਾਵਾਂਗੇ ਸਪੋਂਸਰ ਉੱਧਰ ਬੂਟਾ ਢੰਡਾ ਜੀ ਸੋ ਢੰਡਿਆਂ ਦੇ ਵਿੱਚ ਵੱਡਾ ਕਬੱਡੀ ਕੱਪ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਬੂਟਾ ਢੰਡਾ ਜੀ ਰਣਜੀਤ ਸਿੰਘ ਜੀ ਢੰਡਾ ਤੇ ਬੂਟਾ ਢੰਡਾ ਜੀ ਢੰਡਿਆਂ ਦੇ ਵਿੱਚ ਵੱਡਾ ਕਬੱਡੀ ਕੱਪ ਹੁੰਦਾ ਹਰ ਸਾਲ ਕਿ ਸ਼ਾਮਾਂ ਢੱਲਣ ਤੇ ਆਈਆਂ ਕਿਹਨੇ ਲੈਣੀਆਂ ਵਧਾਈਆਂ ਟੀਮਾਂ ਚੁੱਕਣ ਦੇ ਲਈ ਕੱਪ ਪੂਰੀਆਂ ਕਰਨ ਚੜ੍ਹਾਈਆਂ ਹੁਣ ਕਿਹੜੀ ਟੀਮ ਅੱਜ ਦੇ ਕਬੱਡੀ ਕੱਪ ਦੀ ਵਿਨਰ ਹੁੰਦੀ ਹੈ ਚੌਥਾ ਟੂਰਨਾਮੈਂਟ ਹੈ ਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਹੈ ਤਕੜਾ ਟੂਰਨਾਮੈਂਟ ਫਾਈਨਲ ਮੈਚ ਫਾਈਨਲ ਦਾ ਵੇਖ ਲਓ ਹੋਣ ਲੱਗਾ ਗੱਭਰੂ ਫਿਰਦੇ ਆ ਖਿੱਚੀ ਤਿਆਰੀਆਂ ਨੇ ਕੋਈ ਬੈਸਟ ਰੇਡਰ ਕੋਈ ਬੈਸਟ ਯਾਫੀ ਕਈਆਂ ਵਿੱਚ ਵਿਦੇਸ਼ਾਂ ਮੱਲਾਂ ਮਾਰੀਆਂ ਨੇ ਲੋਕੀ ਕਰਦੇ ਨੇ ਗੱਲਾਂ ਇਹਨਾਂ ਦੇ ਵੇਖ ਜਿਸੇ ਸੋਹਣੇ ਬਣਾਏ ਨੇ ਸਰੀਰ ਖਿਡਾਰੀਆਂ ਨੇ ਲੱਕੇ ਸਿੱਧਵਾਂ ਅੱਜ ਦਾ ਕੱਪ ਕੌਣ ਜਿੱਦਾ ਟੀਮਾਂ ਦੋਨੇ ਹੀ ਪਾਸੇ ਧਾਰੀਆਂ ਨੇ ਟੀਮਾਂ ਦੋਨੇ ਹੀ ਪਾਸੇ ਧਾਰੀਆਂ ਨੇ ਨੀਤੂ ਕੰਗ ਜੀ ਹਰਵਿੰਦਰ ਲੱਡੂ ਜੀ ਸ਼ਿੰਦਾ ਅਚਰਵਾਲ ਲੋ ਫਾਈਨਲ ਦਾ ਮੁਕਾਬਲਾ ਹੈਲੋ ਦੋਵਾਂ ਟੀਮਾਂ ਦੇ ਦਰਮਿਆਨ ਤਕੜੇ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ ਬਲਵੀਰ ਬੈਂਸ ਜੀ ਨੇਕਾ ਨਕੋਦਰ ਬਲਜਿੰਦਰ ਲਤਾੜਾ ਸਵਰਨਬਾਰ ਜੀ ਸਭ ਦਾ ਧੰਨਵਾਦ ਲਓ ਫਾਈਨਲ ਦਾ ਜਿਹੜੀ ਟੀਮ ਖੇਡ ਮੰਗ ਦੋ ਸਪੋਟਰ ਪਲੀਜ਼ ਦੋਨੇ ਟੀਮਾਂ ਦੇ ਨਾਲ ਹੱਥ ਬੰਨ ਕੇ ਪਾਣੀ ਜਿਹੜਾ ਖੇਡ ਮੰਗ ਪਹੁੰਚਾ ਕਰਦੇ ਹੋ ਭਾਈ ਪਾਣੀ
ਖੇਡ ਮੈਦਾਨ ਦੇ ਵਿੱਚ ਪਹੁੰਚਾ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਦੋ ਦੋ ਸਪੋਰਟਰ ਦੋਨਾਂ ਟੀਮਾਂ ਦੇ ਨਾਲ ਹੋਣਗੇ, ਸੋ ਬਾਕੀ ਵੀਰਾਂ ਹੱਥ ਬੰਨ ਕੇ ਬੇਨਤੀ ਆ। ਦਰਸ਼ਕ ਸਵੇਰ ਤੋਂ ਬੈਠੇ ਆਨੰਦ ਮਾਣ ਰਹੇ ਨੇ, ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦਰਸ਼ਕ ਵੀਰ ਪਹੁੰਚੇ ਨੇ, ਸੋ ਉਹਨਾਂ ਨੇ ਵੀ ਮੈਚ ਦੇਖਣਾ, ਸੋ ਬੇਨਤੀ ਆਪਾਂ ਸਾਰੇ ਚਲੋ ਦੋ ਦੋ ਹੋਵਾਂਗੇ। ਤਕੜੇ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ। ਲੈ ਵੀ ਰਸ਼ੀਨ ਵਾਲਾ ਫਾਈਨਲ ਮੈਚ, ਬੜਾ ਤਗੜਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਵਿੱਚ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਰੋਡ ਵਾਲੀ ਸਾਈਡ 'ਤੇ ਜਿਹੜੀ ਟੀਮ ਹੋਵੇਗੀ ਅੱਜ ਦੀ ਮੇਜ਼ਬਾਨ ਟੀਮ ਹਰਜੀਤ ਬਾਜਾਖਾਨਾ ਕਬੱਡੀ ਕਲੱਬ, ਅਤੇ ਦੂਜੇ ਪਾਸੇ ਮੈਂ ਵੇਖਿਆ ਨਹੀਂ ਕਬੱਡੀ ਹਰਜੀਤ ਖੇਡਦਾ, ਪਰ ਜੱਟ ਦੀਆਂ ਗੱਲਾਂ ਨੇ ਮੈਂ ਬਹੁਤ ਸੁਣੀਆਂ। ਹੋ ਕੋਈ ਗੱਲ ਉਹਦੇ ਵਿੱਚ ਵੱਖਰੀ, ਐਵੇਂ ਤਾਂ ਨਹੀਂ ਚੇਤੇ ਰੱਖੀ ਬੈਠੀ ਦੁਨੀਆ, ਭਾਵੇਂ ਅੱਜ ਰੱਬ ਨੂੰ ਪਿਆਰਾ ਹੋ ਗਿਆ, ਯਾਦ ਉਹਦੀ ਪਾਉਂਦੀ ਦਿਨਾਂ ਤਾਂ ਹੀ ਖਿੱਚਦੀ ਜਿੱਥੇ ਕਿਤੇ ਕੌਡੀ ਵਾਲੇ ਮੇਲੇ ਲੱਗਦੇ ਲੱਗੇ ਜਿਵੇਂ ਹਰਜੀਤ ਫਿਰੇ ਵੇਜੀ। ਦੁੱਲਾ ਅਤੇ ਸੋਨੂੰ ਜੰਪ, ਸਾਡੀ ਬੇਨਤੀ ਹੈ ਕਿ ਗਰਾਊਂਡ ਵਿੱਚ ਆਉਣ ਦੁੱਲਾ ਅਤੇ ਸੋਨੂੰ ਜੰਪ। ਇੱਧਰ ਬਹੁਤ ਬਹੁਤ ਧੰਨਵਾਦ ਉੱਧਰ ਤਹਿਲ ਸਿੰਘ ਜੀ, ਸਿੱਧੀ ਨਿੱਜਰ ਨਾਜਰ ਸੋਤਾ ਜੀ ਨਾਲ ਦੀਪਾ ਬਲਡੋਗਸ, ਸਾਡੇ ਵੀਰ ਮੁਬਾਰਕਬਾਦ ਦੇ ਰਹੇ ਨੇ ਸ਼ਰਦਾ ਚਰਵਾਲ ਜੀ ਨੂੰ ਅੱਜ ਇਸ ਕਬੱਡੀ ਕਰਨ ਦੇ ਲਈ ਜ਼ਿਲ੍ਹਾ ਧੂੜਗੜ ਵਿਸ਼ੇਸ਼ ਤੌਰ 'ਤੇ ਪਹੁੰਚਣ ਨਾਲ ਬਲਜਿੰਦਰ ਲਤਾਲਾ ਜੀ ਦਾ ਸਾਈਕਲ ਦਾ ਮੁਕਾਬਲਾ, ਸੋ ਤੇਲ ਪਾਣੀ ਜਿਵੇਂ ਚੈੱਕ ਕੀਤਾ ਜਾ ਰਿਹਾ ਪਲੇਅਰਾਂ ਦਾ, ਸੋ ਐਂਟੀ ਡੋਪਿੰਗ ਟੈਸਟ ਜੋ ਕਮੇਟੀ ਆ ਬਿੱਕਰ ਸਿੰਘ ਜੀ ਸਰਾਏ, ਰਘਵੀਰ ਸਿੰਘ ਜੀ ਨਿੱਜਰ, ਸੋ ਬਹੁਤ ਵਧੀਆ ਉਪਰਾਲਾ ਡਰੱਗ ਫਰੀ ਕਬੱਡੀ ਦੇ ਲਈ। 1 ਤਰੀਕ 1 ਸਤੰਬਰ ਗੁਰੂ ਘਰ ਦਾ ਵੱਡਾ ਕਬੱਡੀ ਕੱਪ ਹੋਵੇਗਾ, ਵੱਡੀਆਂ ਟੀਮਾਂ ਖੇਡਣਗੀਆਂ, ਉੱਥੇ ਵੀ ਬੜੇ ਤਗੜੇ ਮੁਕਾਬਲੇ ਹੋਣਗੇ। ਉੱਧਰ ਸਾਡੇ ਜਰਨੈਲ ਸਿੰਘ ਜੀ ਭਿੰਡਰ ਵੀ ਪਹੁੰਚ ਚੁੱਕੇ ਨੇ, ਬਹੁਤ ਬਹੁਤ ਧੰਨਵਾਦ, ਸੋ ਉਹਨਾਂ ਦਾ ਵੀ ਅੱਜ ਇਸ ਕਬੱਡੀ ਕੱਪ 'ਤੇ ਗੈਰੀ ਬਿਨਕ ਜੀ, ਚਾਰਲੀ ਹੰਸ, ਲਾਲੀ ਨਿਰਵਾਲ ਜੀ ਦਰੀਆ ਪਿੰਡ ਵਾਲੇ, ਬਹੁਤ ਬਹੁਤ ਧੰਨਵਾਦ। ਲੈ ਫਾਈਨਲ ਦਾ ਮੁਕਾਬਲਾ, ਹੈਲੋ, ਫਾਈਨਲ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ। ਇੱਕ ਪਾਸੇ ਟੀਮ ਯੂਥ ਕਬੱਡੀ ਕਲੱਬ ਦੀ ਟੀਮ ਹੈ ਅਤੇ ਦੂਜੇ ਪਾਸੇ ਜੋ ਟੀਮ ਹੈ ਅੱਜ ਇਸ ਟੂਰਨਾਮੈਂਟ ਦੀ ਮੇਜ਼ਬਾਨ ਟੀਮ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਟੀਮ ਹੈ। ਕਿਨਤ ਲਕਨੀ ਦੁਨੀਆ 'ਤੇ ਹੁਣ ਮਨ ਨੂੰ ਇਹ ਸਮਝਾ ਰਿਹਾ, ਲੱਖਾਂ ਵਿੱਚੋਂ ਇੱਕ ਬਣਦਾ ਹੈ ਜੱਟ ਬਾਜੇਖਾਨੇ ਵਾਲਾ, ਲੱਖਾਂ ਵਿੱਚੋਂ ਇੱਕ ਬਣਦਾ ਹੈ ਜੱਟ ਬਾਜੇਖਾਨੇ ਵਾਲਾ ਹੈ। ਫਾਈਨਲ ਅੱਜ ਇਸ ਦਿਨ ਦਾ ਹੈ। ਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਕਲਚਰਲ ਐਸੋਸੀਏਸ਼ਨ ਕੈਨੇਡਾ ਹੈ ਇਸ ਮੈਚ ਦੇ ਸਵਾਗਤ ਲਈ ਕਾਲਾ ਰਸ਼ੀਦ ਅਤੇ ਮੱਖਣ ਅਲੀ ਜੀ। ਨੈਸ਼ਨਲ ਕਬੱਡੀ ਫੈਡਰੇਸ਼ਨ ਐਂਡ ਕਲਚਰ ਐਸੋਸੀਏਸ਼ਨ ਕੈਨੇਡਾ ਹੈ, ਚੌਥਾ ਇਹ ਟੂਰਨਾਮੈਂਟ ਹੈ ਅਤੇ ਆਪਣੇ ਭਾਰ ਜੋਵਨ 'ਤੇ ਹੈ। ਫਾਈਨਲ ਮੈਚ, ਚੌਥਾ ਫਾਈਨਲ ਮੈਚ ਖੇਡਿਆ ਜਾ ਰਿਹਾ। ਪ੍ਰਧਾਨ ਸੁਰਿੰਦਰ ਸਿੰਘ ਜੀ ਗਿੱਲ ਅਚਕਾਲ, ਨੀਟੂ ਕਾਂਜੀ, ਉੱਗੀ ਪਿੰਡ ਇਕਬਾਲ ਸਿੰਘ ਜੀ, ਸਰੈਚ ਸੁਖਬੀਜੀਵਨ ਸਿੰਘ ਜੀ, ਬੜਿੰਗ ਹਰਵਿੰਦਰ ਸਿੰਘ ਜੀ, ਲੱਡੂ ਜਹਾਂਗੀਰ, ਸਾਬੀ ਤੱਖਰ, ਰਵਿੰਦਰ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਜੀਤੂ ਦੁਲੇ ਦਾ ਬਹੁਤ ਬਹੁਤ ਧੰਨਵਾਦ, ਉਹ ਵੀ ਸਾਡਾ ਵੀਰ, ਨਿਰਮਲ ਗਿੱਲੂਣੀ, ਮੰਨੇ ਹੋਣੀ ਸਾਡੇ ਵੀਰ ਰਵਿੰਦਰ ਸੰਧੂ ਹੋਣੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੱਬਲ ਸੰਗਰੂਰ ਜੀ, ਫਾਈਨਲ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ, ਕਿਉਂਦੇ ਨੇ ਮੈਦਾਨਾਂ ਵਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ, ਜਿੰਨਾ ਵਾਢੀਆਂ ਸ਼ਿੰਗਾਰੀਆਂ ਲੱਗਣਾ ਅਖਾੜਿਆਂ 'ਚ, ਜ਼ੋਰ ਚੋਟੀ ਅੱਡੀ ਦਾ, ਕੌਡੀ ਤੋਂ ਹੀਰਾ ਬਣਦੇ, ਜਿਹਨੂੰ ਲੱਗ ਜਾਏ ਇਸ਼ਕ ਕਬੱਡੀ ਦਾ ਉਹ ਕੌਡੀ ਤੋਂ ਹੀਰਾ ਬਣ ਜਾਏ। 3 ਕੁ ਦਿਨ ਪਹਿਲਾਂ ਚਾਈਨਾ ਦੇ ਵਿੱਚ ਵਰਲਡ ਪੁਲਿਸ ਗੇਮ ਹੋਈਆਂ, ਉਹਨਾਂ ਵਰਲਡ ਪੁਲਿਸ ਗੇਮ ਦੇ ਵਿੱਚ ਜ਼ਿਲ੍ਹਾ ਜਲੰਧਰ ਦੇ ਬੜਾ ਪਿੰਡ ਦੇ ਜੰਪਲ ਜੱਸੀ ਸਹੋਤਾ, ਵਰਲਡ ਪੁਲਿਸ ਗੇਮ ਦੇ ਵਿੱਚ 155 ਕੇਜੀ ਦੇ ਵਿੱਚ ਉਹਨੇ ਕੁਸ਼ਤੀ ਲੜੀ ਅਤੇ ਕੈਨੇਡਾ ਨੂੰ ਗੋਲਡ ਮੈਡਲ ਜਿਤਾਇਆ। ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ, ਜ਼ੋਰਦਾਰ ਤਾੜੀਆਂ ਮਾਰ ਦਿਓ। ਜਦੋਂ ਸ੍ਰੀ ਗੁਰੂ ਘਰ ਦਾ ਮੇਲਾ ਹੋਊਗਾ ਉਹਨੂੰ ਇੰਟਰੋਡਿਊਸ ਕਰਾਵਾਂਗੇ ਕਿ ਜਿਹਨੇ ਪੰਜਾਬੀਆਂ ਦਾ ਔਰ ਕੈਨੇਡਾ ਦੇਸ਼ ਦਾ ਮਾਣ ਵਧਾਇਆ ਹੈ ਔਰ ਇੰਡੀਆ ਦੇ ਭਲਵਾਨ ਨੂੰ ਫਾਈਨਲ ਦੇ ਵਿੱਚ ਜਿੱਤ ਕਰਕੇ ਜੱਸੀ ਸੋਤਾ ਵਰਲਡ ਪੁਲਿਸ ਗੇਮ ਦੇ ਵਿੱਚੋਂ ਵਰਲਡ ਚੈਂਪੀਅਨ ਬਣਿਆ, ਉਹਦੇ ਲਈ ਸਾਰੇ ਪੰਜਾਬੀਆਂ ਨੂੰ ਮੁਬਾਰਕਬਾਦ ਹੈ, ਬਹੁਤ ਬਹੁਤ। ਕਿਹੜਾ ਕਰ ਲੂ ਰੀਸ ਪੰਜਾਬੀਆਂ ਦੀ, ਮਾਰੀਆਂ ਨੇ ਰਵਿੰਦਰ ਸ਼ੇਰਗਿੱਲ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਪੁੱਜੇ ਰਵਿੰਦਰ ਸ਼ੇਰਗਿੱਲ ਜੀ, ਉਹਨਾਂ ਦਾ ਧੰਨਵਾਦ ਲੱਖਾ ਜੀ।
ਤੇ ਨਾਲ ਮਹਾਨ ਕਬੱਡੀ ਖਿਡਾਰੀ ਬੰਮਾ ਤੰਜੂ ਮੰਗੂਪੁਰੀ ਉਸਦੇ ਵੱਡੇ ਵੀਰ ਜਸਵਿੰਦਰ ਸਿੰਘ ਜੀ ਮੰਗੂਪੁਰ ਇੰਡੀਆ ਤੋਂ ਆਏ ਨੇ ਸੋ ਜੀ ਆਇਆਂ ਨੂੰ ਆਖਦੇ ਆ ਇੱਧਰ ਖੇਡ ਕਬੱਡੀ ਟੈਕਨੀਕਲ ਕਮੇਟੀ ਦੁੱਲਾ ਸੁਰਖਵਰ ਸੋਨੂ ਜੰਪ ਤੇ ਮੰਗੂਪੁਰੀਆ ਬੰਮਾ ਤੰਜੂ ਸੋ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਫਾਈਨਲ ਮੈਚ ਬਹੁਤ ਜਲਦ ਫਾਈਨਲ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ ਖੇਡ ਮੈਦਾਨ ਦੇ ਵਿੱਚ ਕਿਉਂ ਮੇਰੇ ਮੈਦਾਨਾਂ ਵੱਲ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਜਿਨ੍ਹਾਂ ਬਾਡੀਆਂ ਸ਼ਿੰਗਾਰੀਆਂ ਲੱਗਣਾ ਅਖਾੜਿਆਂ 'ਚ ਜ਼ੋਰ ਚੋਟੀ ਅੱਡੀ ਦਾ ਕੌਡੀ ਤੋਂ ਹੀਰਾ ਬਣਦੇ ਜਿਹਨੂੰ ਲੱਗ ਜਾਏ ਇਸ ਕਬੱਡੀ ਦਾ ਆਥਣੇ ਨਹੀਂ ਮੇਰੀ ਉਹ ਸਾਥਣੇ ਨਹੀਂ ਕੋਈ ਆਪਣਾ ਰੰਗ ਵਿਖਾ ਜਾ ਨਹੀਂ ਜ਼ਿੰਦਗੀ ਦੇ ਪੰਨੇ ਕੋਰੇ ਨੇ ਰੰਗ ਦੇ ਚਾਰ ਕੁ ਛਿੱਟੇ ਲਾ ਜਾ ਨਹੀਂ ਆਥਣੇ ਨਹੀਂ ਮੇਰੀ ਇਹ ਸਾਥਣੇ ਨਹੀਂ ਅੱਜ ਦਿਨ ਸ਼ਨੀਵਾਰ 17 ਅਗਸਤ ਵੇਲਾ ਹੋ ਗਿਆ ਹੈ ਖੇਡ ਕਬੱਡੀ ਦਾ ਫਾਈਨਲ ਮੈਚ ਥੋੜ੍ਹੇ ਦੇ ਵਿੱਚ ਸ਼ੁਰੂ ਹੋਵੇਗਾ ਹਰਜੀਤ ਦੀ ਯਾਦ ਦੇ ਵਿੱਚ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੇ ਵੱਲੋਂ ਇਹ ਟੂਰਨਾਮੈਂਟ ਦੁਨੀਆਂ ਦੇ ਟਾਪ ਦੇ ਖਾਰੀ ਦੁਨੀਆਂ ਦੇ ਮਹਾਨ ਕਬੱਡੀ ਖਾਰੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪੁੱਜੇ ਹੋਏ ਨੇ ਰਮਿੰਦਰ ਸੋਹੀ ਜੀ ਮੰਡੀ ਅਹਿਮਦਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ ਰਮਿੰਦਰ ਸੋਹੀ ਜੀ ਮਿਊਂਸੀਪਲ ਕਮਿਸ਼ਨ ਦੇ ਵਿੱਚ ਇਹਨਾਂ ਦੀਆਂ ਵੱਡੀਆਂ ਸੇਵਾਵਾਂ ਨੇ ਬਹੁਤ ਬਹੁਤ ਧੰਨਵਾਦ ਰਮਿੰਦਰ ਸੋਹੀ ਜੀ ਦਾ ਹੈ ਸੱਚ ਵੀਰਾਂ ਦਾ ਹੈ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਿਆ ਹੈ ਇੱਕ ਪਾਸੇ ਟੀਮ ਯੂਥ ਤੇ ਦੂਜੇ ਟੀਮ ਸਟਾਰ ਆਟੋਵਾੜੀ ਦੇ ਸੇਵਾ ਸਿੰਘ ਜੀ ਰਾਣਾ ਸਰਹਾਲਾ ਰੰਗਵਾ ਪਿੰਡ ਹੈ ਜਿਹਨਾਂ ਦਾ ਯੂਥ ਕਬੱਡੀ ਕਲੱਬ ਦੇ ਵਾਸਤੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਟਾਰ ਆਟੋਵਾੜੀ 82A 124 ਦੇ ਕਾਰਨਰ ਦੇ ਉੱਪਰ ਸਟਾਰ ਆਟੋਵਾੜੀ ਬਹੁਤ ਵੱਡਾ ਨਾਮ ਹੈ ਵੱਡੇ ਪ੍ਰਮੋਟਰਾਂ ਦੇ ਤੌਰ ਤੇ ਬੇੜ ਹੈ ਇਕੱਲਾ ਹੀ ਇੱਕ ਸ਼ਖਸ ਇੰਡੀਆ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਵੀ ਕਬੱਡੀ ਨੂੰ ਬੜੀ ਦੇਣ ਹੈ ਸੋ ਸੇਵਾ ਸਿੰਘ ਜੀ ਰਾਣਾ ਸਟਾਰ ਆਟੋਵਾੜੀ ਵਾਲਿਆਂ ਦਾ ਯੂਥ ਕਬੱਡੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਮੇਰੇ ਸਪਾਂਸਰ ਨੇ ਯੂਥ ਕਬੱਡੀ ਕਲੱਬ ਦੇ ਸੋ ਸੇਵਾ ਸਿੰਘ ਰਾਣਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਾਂ ਟਰਾਂਸਪੋਰਟ ਦੇ ਲਾਲੀ ਸਿੱਧੂ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ ਲੋਹੇ ਜਿਹੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਤੀਆਂ ਨਾ ਜਾਣ ਜਦੋਂ ਗਜਾਂ ਵਿੱਚ ਮਾਪੀਆਂ ਇਹਦਾ ਖਾ ਕੇ ਖੁਰਾਕਾਂ ਸਰੀਰ ਪੈਂਦਾ ਪਾਲਣ ਸੌਖੀ ਨਹੀਂ ਕਬੱਡੀ ਪੈਂਦੀ ਘਾਲਣੀ ਹੈ ਘਾਲਣ ਲਾਲੀ ਪੈਂਦੀ ਪਿੰਡ ਉੱਤੇ ਗਿੱਠ ਗਿੱਠ ਚਾੜਨੀ ਹਾਰਿਆਂ ਚੋਂ ਲੈ ਵੀ ਨਹੀਂ ਉਹ ਦੁੱਧ ਵਾਲੀ ਕਾਢਣੀ ਏਦਾਂ ਖਾ ਕੇ ਖੁਰਾਕ ਹੈ ਸਰੀਰ ਪੈਂਦਾ ਪਾਲਣਾ ਸੌਖੀ ਕਬੱਡੀ ਪੈਂਦੀ ਘਾਲਣੀ ਹੈ ਪੈਂਦੀ ਬੜੀ ਘਾਲਣਾ ਕਈ ਖੇਡਣ ਸ਼ੌਕ ਨੂੰ ਕਈ ਮਾਰੇ ਰੋਟੀ ਦੇ ਕਈ ਕਰ ਕਰ ਮਿਹਨਤਾਂ ਬਣ ਗਏ ਖਿਡਾਰੀ ਚੋਟੀ ਦੇ ਕਈ ਵਿੱਚ ਮੈਦਾਨੇ ਜ਼ੋਰ ਦਿਖਾਉਂਦੇ ਨਰੋਈ ਹੱਡੀ ਦਾ ਉਹ ਬੰਦਾ ਕੌਡੀ ਤੋਂ ਹੀਰਾ ਬਣ ਗਿਆ ਜਿਹਨੂੰ ਲੱਗ ਜਾ ਕਬੱਡੀ ਦਾ ਜਿਹਨੂੰ ਲੱਗ ਜਾ ਕਬੱਡੀ ਦਾ ਜਿਹਨਾਂ ਨੂੰ ਕਬੱਡੀਆਂ ਦੇ ਇਸ਼ਕ ਲੱਗੇ ਹੈ ਕਿ ਬਚਪਨ ਜਵਾਨੀ ਦੇ ਵਿੱਚ ਖੇਡੀ ਭੁੱਲੇ ਨਾ ਉਹ ਕਿਹੜਾ ਦਿਲ ਪੰਜਾਬੀ ਜੋ ਇਹਦੇ ਤੇ ਡੁੱਲੇ ਨਾ ਬੱਚਾ ਬੱਚਾ ਲੈਂਦਾ ਹੈ ਹੁਣ ਨਾਮ ਕਬੱਡੀ ਦਾ ਰੋਮ ਰੋਮ ਨਸ਼ਿਆਉਂਦਾ ਸੁਣ ਕੇ ਨਾਮ ਕਬੱਡੀ ਦਾ ਰੋਮ ਰੋਮ ਨਸ਼ਿਆਉਂਦਾ ਸੁਣ ਕੇ ਨਾਮ ਕਬੱਡੀ ਦਾ ਖੇਡ ਕਬੱਡੀ ਦੀ ਗੱਲ ਫਾਈਨਲ ਮੈਚ ਦੀ ਸ਼ੁਰੂਆਤ ਰਣਜੀਤ ਢੰਡਾ ਜੀ ਬੂਟਾ ਢੰਡਾ ਜੀ ਫਰਵਰੀ ਮਹੀਨੇ ਦੇ ਵਿੱਚ ਵੱਡਾ ਇਨਾਮ ਹੋਵੇਗਾ ਢੰਡਿਆਂ ਦੇ ਕਬੱਡੀ ਕੱਪ ਦਾ ਉਹ ਵੀ ਵੱਡਾ ਮਾਨ ਸਨਮਾਨ ਪੂਜਾ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ 21 ਸਤੰਬਰ ਨੂੰ ਗੁਰਦਾਸ ਮਾਨ ਜੀ ਦਾ ਸ਼ੋਅ ਐਸਪੋਰਟ ਦੇ ਵਿੱਚ ਹੋਵੇਗਾ B4U ਤੇ ਟਿਕਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ 21 ਸਤੰਬਰ ਨੂੰ ਗੁਰਦਾਸ ਮਾਨ ਜੀ ਦਾ ਬਹੁਤ ਵਧੀਆ ਸ਼ੋਅ ਹੋਊਗਾ ਪਰ ਕੱਲ੍ਹ ਨੂੰ ਐਸਪੋਰਟ ਦੇ ਰੋਟਰੀ ਸਟੇਡੀਅਮ ਦੇ ਵਿੱਚ ਯੂਨਾਈਟਡ ਕਲਚਰ ਕਲੱਬ ਵੱਲੋਂ ਬਹੁਤ ਹੀ ਸ਼ਾਨਦਾਰ ਜੋ ਹੈ ਸੱਭਿਆਚਾਰਕ ਮੇਲਾ ਹੋਣ ਜਾ ਰਿਹਾ ਗੋਡੀਲ ਮੋਟਰ ਤੋਂ ਸੋਨੀ ਝਾਵਰ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦਾ ਸੱਚਾ ਆਸ਼ਕ ਸੋਨੀ ਝਾਵਰ ਜੀ ਦਾ ਧੰਨਵਾਦ ਹੈ ਇੱਧਰ ਲੱਕੀ ਬਾਗੜੀ ਜੀ ਲੱਕੀ ਡਰਾਈਵਿੰਗ ਸਕੂਲ ਦਾ ਵੀ ਧੰਨਵਾਦ ਨਾ ਆਪਾਂ ਮੈਚ ਮੈਦਾਨ ਦੀ ਆਪਾਂ ਗੱਲ ਕਰੀਏ ਨਾ ਕਬੱਡੀ ਦੇ ਖਿਡਾਰੀਆਂ ਦੀ ਗੱਲ ਕਰੀਏ ਟੈਕਨੀਕਲ ਕਮੇਟੀ ਬਾਹਰਲੇ ਪਾਸੇ ਆ ਜਾਓ ਜੀ ਆਪਾਂ ਥੋੜੇ ਲੇਟ ਚੱਲ ਰਹੇ ਹਾਂ ਪਹਿਲੀ ਕਬੱਡੀ ਪੈ ਚੁੱਕੀ ਹੈ ਦੁੱਲਾ ਬੱਗੇ ਪਿੰਡ ਦੀ ਧਰਤੀ ਦਾ ਹੈ ਕਬੇਟਾ ਜ਼ਿਲ੍ਹੇ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ ਹੈ ਅੰਗਿਆਰ ਕਬੱਡੀ ਦਾ ਨੱਚਦਾ ਫਿਰੇ ਜਾਫੀ ਅੱਗੇ ਹੱਥ ਛੇਤੀ ਆਉਂਦਾ ਨੀ ਪਿੰਡਾਂ ਲਚਕਦਾ ਦੁੱਲਾ ਹੁੰਦੀ ਹੈ ਝੂਠ ਕਹਿਰਾ ਰਸ਼ੀਨ ਦਾ ਕਾਲਾ ਦੁੱਲਾ ਦੁੱਲਾ ਹੁੰਦੀ ਹੈ ਨਾ ਦੁੱਲਾ ਖੇਡ ਕਬੱਡੀ ਦਾ ਦੁਲਾਰਾ ਜਾਂ ਕਬੱਡੀ ਖਿਡਾਰੀ ਥੋੜ੍ਹਾ ਪਿੱਛੇ ਆ ਜਿਹੜੀ ਮੇਰੇ ਪਾਸੇ ਵੀਰ ਜੀ ਮੈਂ ਬੇਨਤੀ ਕਰਦਾ ਜਿਹੜੇ ਵੀਰ ਗਰਾਊਂਡ ਦੇ ਵਿੱਚ ਨੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਵੱਲੋਂ ਬੇਨਤੀ ਹੈ ਇਹ ਆਪਾਂ ਬਾਹਰਲੇ ਪਾਸੇ ਆ ਜਾਈਏ ਮਿਹਰਬਾਨੀ ਕਰਕੇ ਯੂਥ ਔਰ ਦੂਸਰੇ ਪਾਸੇ ਟੀਮ ਮੈਦਾਨ ਦੇ ਅੰਦਰ ਦੇਖਣਾ ਵੀ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਫਾਈਨਲ ਮੈਚ ਮੇਰੇ ਵੀਰ ਸਪਰੇ ਸਪਰੇ ਪੁੱਜੀ ਕਰਦੇ ਜੀ ਮਿਹਰਬਾਨੀ ਕਰਕੇ ਮੂੰਹ ਸਪਰੇ ਪੁੱਜੀ ਕਰਦੇ ਸਰੀ ਦੇ ਬੈਲ ਸੈਂਟਰ ਦੇ ਵਿੱਚ ਲੱਗੀ ਹੋਈ ਵੱਡੀ ਰੌਣਕ ਹੈ ਇਹ ਵੱਡੇ ਬਜਟ ਦਾ ਮੈਚ ਹੈ ਵੱਡੀਆਂ ਟੀਮਾਂ ਖੇਡ ਕਬੱਡੀ ਦੇ ਵੱਡੇ ਮੱਲ ਆਪਣੀ ਖੇਡ ਦੇ ਯਾਰ ਵਿਖਾਉਣਗੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਦੀ ਗੱਲ ਦੁਨੀਆਂ ਦੇ ਟਾਪ ਦੁਨੀਆਂ ਦੇ ਸੁਪਰ ਕਬੱਡੀ ਦੇ ਖਿਡਾਰੀ ਕਲੀਅਰ ਕਰ ਦਈਏ ਜੀ ਗਰਾਊਂਡ ਮਿਹਰਬਾਨੀ ਕਰਕੇ ਸਾਰੇ ਬਾਹਰ ਪਾਸੇ ਆ ਜਾਓ ਇੱਧਰ ਬਾਹਰ ਆ ਜਾਓ
ਔਰ ਜਿਹੜੇ ਐਕਟਿਵ ਨੇ ਉਹ ਤੁਰ ਫਿਰ ਕੇ ਜਿਹੜੇ ਨਹੀਂ ਐਕਟਿਵ ਉਹ ਬੈਠ ਜਾਣ। ਹਾਂ ਰਾਜੂ ਘੋੜਲੇ ਭੜੀ ਵਾਲਾ ਮੈਦਾਨ ਦੇ ਵਿੱਚ ਬੈਠੀ ਕਬੱਡੀ ਯੂਥ ਕਬੱਡੀ ਕਲੱਬ ਦੀ ਟੀਮ ਦਾ ਖਿਡਾਰੀ ਦਾ ਇਧਰ ਪਾਸੇ ਉਂਗਲ ਖੜੀ ਹੈ ਤੇ ਪੈਡ ਆਪਣੀ ਦੇ ਆਓ ਇਧਰ ਪਾਸੇ ਫਿਰ ਕਬੱਡੀ ਮੈਦਾਨ ਦੇ ਅੰਦਰ ਆਏ ਚਵੇਜ ਕਬੱਡੀ ਪਾਉਣ ਦੇ ਵਾਸਤੇ ਬੰਨਾ ਹੋਇਆ ਖਿਡਾਰੀ ਲੋਕੇਟ ਮੈਦਾਨ ਦੇ ਵਿੱਚ ਮੇਰੇ ਵੀਰੋ ਹੈਲੋ ਚਵੇਜ ਦੀ ਪਈ ਸੀ ਕਬੱਡੀ ਚਾਰ ਜਾਫੀ ਫਰਕੋਲ ਕਰਦਾ ਟਰਾਈ ਇਸ ਨੌਜਵਾਨ ਨੂੰ ਡੱਕਣ ਦੀ ਆਹ ਗੱਭਰੂ ਸਪਿੰਦਰ ਮਨਾਉਣੇ ਵਾਲਾ ਹੈ ਪਰ ਵੇਖੋ ਵੀ ਹੈਰੋ ਪੁਆਇੰਟ ਆਪਣੀ ਟੀਮ ਦੇ ਸਹਿਯੋਗ ਹੈ ਤਾਂ ਵੀ ਜੱਗਿਆ ਅਗਲੀ ਕਬੱਡੀ ਕਿ ਜੱਗਾ ਜੰਮਿਆਂ ਤੇ ਮਿਲਣ ਵਧਾਈਆਂ ਵੱਡਾ ਹੋਇਆ ਕੌਡੀ ਖੇਡਦਾ ਹੈ ਲਓ ਜੱਗੇ ਦੀ ਪਈ ਸੀ ਕਬੱਡੀ ਇਹ ਹੈ ਰੰਧਾਵਾ ਜੂਣਾ ਪਿੰਡ ਮੌੜਾਂ ਦਾ ਮੰਗਲ ਸੋਹਲੀ ਸੱਚਾ ਸਮਾਂ ਦਾ ਤਿੰਨੋ ਮਰਦ ਸੂਰਮੇ ਸੀ ਗਏ ਮੁੱਲ ਮੁੱਲ ਰੱਖੇ ਹੋਏ ਨਾਂ ਦਾ ਜੇ ਨਹੀਂ ਨਵਾ ਸਕਦੇ ਨਾ ਲਓ ਕਿਸੇ ਨਾਲ ਯਾਰੀ ਅੱਜ ਚੰਗੇ ਹੋਏ ਕੰਮ ਦਿੰਦੇ ਨੇ ਚੇਲਾ ਖੁੱਬਾ ਦੇ ਖਿਡਾਰੀ ਚੰਗੇ ਹੋਏ ਕੰਮ ਦਿੰਦੇ ਨੇ ਚੇਲਾ ਖੁੱਬਾ ਦੇ ਖਿਡਾਰੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਜੈਰੋ ਚਵੇ ਕਿ ਪਿੰਡੇ ਲਿਸ਼ਕਲ ਮੁੰਡਿਆਂ ਦੇ ਜਵਾਨੀ ਉੱਡ ਜੋ ਕਰਦੀ ਜਾਂ ਫਿਰ ਜਿਵੇਂ ਝੱਟ ਹੋ ਚਿੱਤੇ ਦੀ ਰੇੜ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕਰੋੜਾਂ ਦੇ ਕਰੋੜਾਂ ਨਾਲ ਟਰੈਕਟਰ ਮਿਲਦੇ ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਬੱਲੇ ਬੱਲੇ ਹੱਕ ਬੰਨੀ ਇਧਰ ਪਾਸੇ ਦੇਖਣ ਵੀ ਪਈ ਸੀ ਮੈਦਾਨ ਦੇ ਅੰਦਰ ਮਨਜੋਤ ਦੀ ਰੇੜ ਦੇ ਮੋਪੜੀ ਉਹ ਇਸ਼ਾਰਾ ਡੱਕਣ ਦੀ ਕੋਸ਼ਿਸ਼ ਕਰਦਾ ਦੋ ਚੋਟੀ ਦੇ ਕਬੱਡੀ ਖਿਡਾਰੀ ਨੇ ਹੰਡਿਆਂ ਦੇ ਲਾਗੇ ਚੱਲਦਾ ਸੰਘਰਸ਼ ਕਬੱਡੀ 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 ਯੂਥ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਇੱਕ ਹੋਰ ਅੰਕ ਜੁੜਦਾ ਹੋਇਆ ਕਿ ਨਹੀਂ ਪੈਂਦਾ ਮੁੱਲ ਕਾਰਤੂਸ ਚੱਲੇਗਾ ਕਾਹ ਰੰਗ ਦੀ ਕੌਡੀ ਜੱਫਾ ਕੱਲੇ ਕੱਲੇ ਦਾ ਲੱਖ ਲੱਖ ਦੀ ਕੌਡੀ ਜੱਫਾ ਕੱਲੇ ਕੱਲੇ ਦਾ ਕਬੱਡੀ ਲੱਖ ਲੱਖ ਦੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਬੱਗੇ ਪਿੰਡ ਦਾ ਬਲਵੀਰ ਸਿੰਘ ਦੁੱਲਾ ਹੈ ਟੂਰ ਪਰਿਵਾਰ ਦਾ ਗੱਭਰੂ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਵਧਿਆ ਹੈ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜ਼ੋਰ ਚੋਬਰਾਂ ਦਾ ਕੰਨਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਚੜ੍ਹਦੀ ਉਮਰ ਦਾ ਗਰਮਨ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭੱਜਦੇ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਪਰਸਰਮਪੁਰੀਆ ਜੱਸਾ ਹੈ ਕਈ ਖੇਡਣ ਸ਼ੌਕ ਨੂੰ ਗਏ ਮਾਰੇ ਰੋਟੀ ਦੇ ਨਾ ਪੈਸੇ ਰੇਲ ਕੋਟਲੀ ਵਾਲਾ ਯਾਦ ਤਿਆਰ ਬਲਕਾਰਾ ਤਿਆਰ ਮਰ ਤਿਆਰ ਕਿਹੜਾ ਨੌਜਵਾਨ ਦੇਖਦੇ ਮੈਂ ਡੱਕਣ ਦੀ ਕੋਸ਼ਿਸ਼ ਕਰਦਾ ਇਧਰ ਪਾਸੇ ਜੱਸਾ ਆਹ ਭੱਜਿਆ ਜਾਂਦਾ ਨੌਜਵਾਨ ਭੰਡ ਰੂਪ ਦੇ ਵਿੱਚ ਕਾਮਯਾਬ ਇਧਰ ਆਰੋ ਬ੍ਰਦਰਸ ਅੱਜ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦੇ ਨੇ ਹਰਜੀਤ ਬਰਾੜ ਦੀ ਯਾਦ ਦੇ ਵਿੱਚ ਬਣੀ ਹੋਈ ਖੇਡ ਕਲੱਬ ਆਹ ਨੈਸ਼ਨਲ ਕਬੱਡੀ ਐਸੋਸੀਏਸ਼ਨ ਫਾਈਨਲ ਮੈਚ ਇੱਕ ਪਾਸੇ ਯੂਥ ਔਰ ਦੂਸਰੇ ਪਾਸੇ ਹਰਜੀਤ ਕਬੱਡੀ ਕਲੱਬ ਦੀਆਂ ਟੀਮਾਂ ਦੇ ਦਰਮਿਆਨ ਆਹ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਅਫਸੋਸ ਕੀ ਫਿੱਕ ਦੇ ਵਿੱਚ ਮਰਦਾ ਆਹ ਇਧਰ ਪਾਸੇ ਟਾਰਜਨ 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 ਰਾਜੂ ਕੋਟਲਾ ਪੜੀ ਦੀ ਧਰਤੀ ਦਾ ਵੇਖੋ ਵੀ ਟੀਲ ਡਾਲ ਗੱਭਰੂ ਦੀ ਉਹ ਚੱਲ ਮੈਂ ਕਰਦਾ ਲੱਖੀ ਥਾਪੜ ਕੇ ਵਾਲਾ ਕਰਦਾ ਟਰਾਈ ਪਰ ਪੁਆਇੰਟ ਮੇਰੇ ਵੀਰੋ ਰਾਜੂ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕਿ ਨਿਤ ਨਿਤ ਨੀ ਦੁਨੀਆਂ ਤੇ ਆਉਣਾ ਮਨ ਨੂੰ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇ ਖਾਨੇ ਵਾਲਾ ਅੱਜ ਹਰਜੀਤ ਦੀ ਯਾਦ ਹੈ ਜੈਰੋ ਦੀ ਅਗਲੀ ਪਈ ਸੀ ਕਬੱਡੀ ਹੁਣ ਵੇਖਦੇ ਵੀ ਕੌਣ ਮੇਰੇ ਵੀਰੋ ਇਸ ਨੌਜਵਾਨ ਨੂੰ ਲਾ ਤਗੜਾ ਜੱਫਾ ਪਾਉਣ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਗੱਲ ਸਮੇਂ ਵੀ ਹੈ ਯਾਰੋ ਵੇਖੋ ਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਓ ਜੈਰੋ ਦੀ ਪਈ ਸੀ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਜੈਰੋ ਦੀ ਕਬੱਡੀ ਚਾਰ ਜਾਫੀ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਕਰਦਾ ਟਰਾਈ ਸਪਿੰਦਰ ਮਨਾਉਣੇ ਵਾਲਾ ਹੈ ਪਰ ਵੇਖੋ ਪੁਆਇੰਟ ਜੈਰੋ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਤਾਂ ਵੀ ਜੱਗਿਆ ਅਗਲੀ ਕਬੱਡੀ ਜੱਗਾ ਰਹਿੰਦਾ ਵਾ ਮਸੰਦਾ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਤਾਂ ਕਿ ਮਰਦੀ ਮਾਂ ਨੂੰ ਮੱਥਾ ਰੱਬ ਪੈਂਦੀਆਂ ਐਨ ਕਬੱਡੀਆਂ ਚੜ ਚੜ ਕੇ ਕੋਈ ਖੜ ਕੇ ਕੋਈ ਬੈਠ ਕੇ ਕਬੱਡੀ ਦਾ ਪ੍ਰੇਮੀ ਤੱਕ ਆਹ ਕਬੱਡੀ ਪਾਉਣ ਦੇ ਵਾਸਤੇ ਰਹਿੰਦਾ ਵਾ ਮਸੰਦਾ ਵਾਲਾ ਉਧਰੇ ਪਾਸੇ ਗੁਰਦਾਸਪੁਰੀ ਆ ਮਾਜੇ ਦਾ ਮਜੈਲ ਪਰ ਇੱਕ ਕਬੱਡੀ 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 ਬੱਲੇ 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 ਵਾਹ ਸੋਹਣੇ ਸਵਾਦ ਆ ਗਿਆ ਹੈ ਕਿ ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਕ ਬਣ ਕੇ ਜ਼ਿੰਦਗੀ ਦੀਆਂ ਮੌਜਾਂ ਹੈ ਉਹਨਾਂ ਰੱਜ ਰੱਜ ਕੇ ਮਾਣੀ ਹੈ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਯਾਦਾਂ ਰਹਿਣਗੀਆਂ ਇਸ ਟੂਰਨਾਮੈਂਟ ਦੀਆਂ ਦੁੱਲਾ ਅਗਲੀ ਕਬੱਡੀ ਪਾਉਣ ਦੇ ਲਈ ਸ਼ਿੰਦੇ ਅੱਚੇਵਾਲ ਵੱਲੋਂ $50 ਦੇ ਮਾਸਮਨ ਬਲਕਾਰੇ ਦੇ ਲਈ ਕਿ ਗੱਭਰੂ ਦੀ ਰੇਡ ਵਿੱਚ ਨਖਰਾ ਅੱਤ ਦਾ ਅੱਖਾਂ ਵਿੱਚ ਝਲ ਕੇ ਸ਼ੈਤਾਨੀ ਮਿੱਤਰੋ ਦੁੱਲਾ ਦਾ ਰਿਕਾਰਡ ਹੁਣ ਨਵੇਂ ਹੀ ਬਣਾਉਂਦਾ ਇਸੇ ਲਈ ਦੁਨੀਆ ਦੀਵਾਨੀ ਮਿੱਤਰੋ ਜੱਗੇ ਰਾਜਸਥਾਨੀ ਵੱਲੋਂ $50 ਦੇ ਮਾਨ ਸਨਮਾਨ ਨੇ ਬਲਕਾਰੇ ਸ਼ਿਕਾਰ ਵਾਸੀਆਂ ਦੇ ਵਾਸਤੇ ਆਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਮਨਜੋਤ ਮਾਛੀ ਵਰਗ ਯੂਥ ਸਪੋਰਟਸ ਕਲੱਬ ਲਈ ਹਰਵਿੰਦਰ ਮਲੇਸ਼ਾ ਜੀ ਉਹਨਾਂ ਦਾ ਵੀ ਵੱਡਾ ਸਹਿਯੋਗ ਆਓ ਅਗਲੀ ਕਬੱਡੀ ਪਾਉਣ ਦੇ ਲਈ ਮਨਜੋਤ ਮੈਦਾਨ ਦੇ ਵਿੱਚ ਵਾਧਾ ਹੋਇਆ ਖਿਡਾਰੀ ਔਰ ਦੂਸਰੇ ਪਾਸੇ ਹੁਸ਼ਿਆਰਾ ਹਰ ਚੱਪਾ ਚੱਪਾ ਚਰਖਾ ਚੱਲਦਾ ਹੋਇਆ ਪੁਆਇੰਟ ਤਾਵੀ ਦੇ ਹਿੱਸੇ ਦੇ ਵਿੱਚ ਗਹਿਰੀ ਬਿੱਲ ਸਾਡੇ ਵੀਰ ਵਲੀ ਉਹ $50 ਬਲਕਾਰੇ ਦੇ ਲਈ ਹੈ ਬਲਕਾਰੇ ਕੋਲ ਕੋਈ ਦੇ ਕਰਦੇ ਲੈ ਵੀਰ ਅਗਲੀ ਕਬੱਡੀ ਸ਼ਸ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਕਿ ਭਾਵੇਂ ਪੜ੍ਹਦੇ ਕਦੇ ਨਾਲ ਮਿੰਨ ਛਾਤੀ ਕਦੇ ਡੰਡ ਤੇ ਬੈਠ ਕੇ ਮਾਰੀਆਂ ਦੇ ਗਿੱਲ ਪੇਂਟਿੰਗ ਵੱਲੋਂ ਬਲਕਾਰੇ ਦੇ ਲਈ $50 ਦੇ ਮਾਨ ਸਨਮਾਨ ਹੈ ਲਓ ਅਗਲੀ ਕਬੱਡੀ ਤੇ ਆਇਆ ਅਮਰਵੀਰ ਠਿਕਲੀ ਨੌਜਵਾਨ ਗੱਭਰੂ ਕਰਦਾ ਡੱਕਣ ਦੀ ਟਰਾਈ ਦੇਖਦੇ ਵੀ ਬਾਬਾ ਕੀ ਆ ਆਓ
ਵਾਹ ਸੋਹਣੇ ਸਵਾਦ ਆ ਗਿਆ ਪੁਆਇੰਟ ਮੇਰੇ ਵੀਰੋ ਚੈਵੇਸ ਬ੍ਰਦਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਜੱਸਾ ਧਨੋਆ ਪਰਿਵਾਰ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਹ ਗੱਭਰੂ ਚੋਟੀ ਦੇ ਰਾਜਾ ਬਾਜਕੇ ਤੀਰਥ ਦੀਪਾ ਸਾਡਾ ਛੱਡੋ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਨਾਲ ਸ਼ਰੀਕਾ ਇਹ ਖੇਡ ਪੰਜਾਬੀਆਂ ਦੀ ਰੱਖੜੀ ਚਾਹੁੰਦੇ ਨੇ ਚਮਕਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਹੁਣ ਮਿੱਤਰਾ ਬਹਿਜਾ ਗੋਡੀ ਲਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿਜਾ ਗੋਡੀ ਲਾ ਕੇ ਔਰ ਉਹਦੀਆਂ ਤਿੰਨ ਕਬੱਡੀਆਂ ਦੇ ਸਾਡ ਵਾਲੇ ਹੋਊਗਾ ਗੱਲ ਕੋ ਫਾਇਰ ਪਲੇਸ ਦੇ ਜੱਗਾ ਤੇ ਲੱਖੀ ਹੋਣਾ ਵੱਲੋਂ ਐਰੋ ਦੀਆਂ ਤਿੰਨ ਕਬੱਡੀਆਂ ਦੇ 100 ਡਾਲਰ ਹੋਊਗਾ ਨਾ ਫਸਟ ਕਬੱਡੀ ਮੈਦਾਨ ਦੇ ਅੰਦਰ ਪੈਣ ਜਾ ਰਹੀ ਹੈ ਤਿੰਨ ਕਬੱਡੀਆਂ ਦੇ 100 ਡਾਲਰ ਨਾ ਇਧਰ ਪਾਸੇ ਆਓ ਪੈਣ ਐਰੋ ਚਵੇਜ ਆਪਣੀ ਟੀਮ ਦੇ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਰਾਜੂ ਅਗਲੀ ਕਬੱਡੀ ਪਾਉਣ ਦੇ ਲਈ ਰਾਜੂ ਕੋਟਲਾ ਭੜੀ ਦੀ ਧਰਤੀ ਦਾ ਹੈ ਗੱਭਰੂ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਆ ਵਸਿਆ ਕੈਨੇਡਾ ਦੇ ਵਿੱਚ ਚਾਰ ਜਾਫੀਆਂ ਵਿੱਚੋਂ ਹੁਣ ਕੌਣ ਕਰਦਾ ਟਰਾਈ ਲੱਗੀ ਥਾਬਲਕੇ ਵਾਲਾ ਹੈ ਯਾਦ ਕੋਟਲੀ ਵਾਲਾ ਹੈ ਡਬਲ ਟੱਚ ਹੈ ਗੁੱਲੂ ਪੱਡਾ ਲੱਖਣ ਕੇ ਪੱਡਾ ਪੈਂਦਾ ਮੇਰੇ ਵੀਰੋ ਪੂਰੀ ਦੁਨੀਆ ਤੇ ਮਸ਼ਹੂਰ ਕਬੱਡੀ ਦੇ ਮਹਾਨ ਖੜੇ ਧਰਤੀ ਹੈ ਐਲਾਨ ਕਰਦਾ ਵੀ ਪੁਆਇੰਟ ਧਾਵੀ ਦੇ ਹਿੱਸੇ ਜੁੜ ਗਏ ਰੇਡਰ ਦੇ ਲਈ ਭਾਅ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਉੜਦੀ ਰੇਨ ਨੂੰ ਨੱਪੇ ਕਿ ਰੇਡਰ ਦੇ ਲਈ ਭਾਅ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਿੰਨੇ ਵੀ ਬਾਦੋ ਵੀਰ ਨੇ ਗਰਾਊਂਡ ਦੇ ਵਿੱਚੋਂ ਬਾਹਰ ਹੋ ਜਾਣ ਬੇਨਤੀ ਹੈ ਸੁਰਿੰਦਰ ਗਿੱਲ ਸਾਹਿਬ ਵੱਲੋਂ ਲੋ ਪਈ ਹੈ ਕਬੱਡੀ ਤੇ ਦੁੱਲਾ ਭੱਗੇ ਪਿੰਡ ਦੀ ਧਰਤੀ ਦਾ ਪੁਆਇੰਟ ਹਰਜੀਤ ਕਬੱਡੀ ਕਲੱਬ ਦੇ ਹਿੱਸੇ ਜੁੜ ਗਏ ਅਗਲੀ ਗੱਲ ਮਖਨਾਲੀ ਜੀ ਆ ਵੀਰ ਜੀ ਆ ਜਿਹੜੇ ਹੰਦਿਆਂ ਦੇ ਲਾਗੇ ਰਹਿ ਮੈਂ ਥੋੜ੍ਹਾ ਜਿਹਾ ਪਿੱਛੇ ਆ ਜੀ ਜੀ ਹੁਣ ਮੇਲਾ ਤੁਰ ਫਿਰ ਕੇ ਇੰਦਰ ਸੰਗਤ ਬੈਠੀ ਹੋਈ ਹੈ ਮਿਹਰਬਾਨੀ ਕਰਕੇ ਮੈਂ ਥੋੜ੍ਹਾ ਜਿਹਾ ਪਿੱਛੇ ਆ ਜੀ ਜੀ ਸਾਰਿਆਂ ਚਰਨਾਂ ਦੇ ਵਿੱਚ ਬੇਨਤੀ ਮੈਂ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੱਗਾ ਉਹ ਬੰਦਾ ਹੋਇਆ ਕਬੱਡੀ ਖਿਡਾਰੀ ਰੰਡਾਵਾ ਬਸੰਡਾ ਵਾਲਾ ਆ ਜਲੰਧਰੀਆ ਮੁੰਡਾ ਇੱਕ ਜ਼ੋਰ ਦੇ ਨਾਲ ਕੇਲਾ ਲਾਓ ਇੰਦਰ ਪਾਸੇ ਜੱਫਾ ਇਹ ਵੀ ਚਾਰ ਮੰਨੇ ਪਰ ਮੰਨੇ ਉਹੀ ਬਲਕਾਰਾ ਗੁਰਦਾਸਪੁਰੀ ਹੈ ਆ ਸ਼ਿਕਾਰ ਵਾਸੀਆਂ ਵਾਲਾ ਕੋਸ਼ਿਸ਼ ਕਰਦਾ ਹੋਇਆ ਦੇ ਪੁਆਇੰਟ ਯੂਥ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਵਿੱਚ ਅੰਕ ਜੁੜਦਾ ਹੋਇਆ ਹੈਲੋ ਪਾਉਣ ਦੇ ਵਾਸਤੇ ਹਸੂਸ ਕੱਲੋਂ 18 ਤਰੀਕ B4U ਦੇ ਨਵੇਂ ਸਟੋਰ ਦੀ ਬੈਨਕੋਵਰ ਦੇ ਵਿੱਚ ਗ੍ਰੈਂਡ ਓਪਨਿੰਗ ਹੋਣੀ ਹੈ ਆਪ ਸਭ ਨੂੰ ਸੱਦਿਆ ਹੈ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਨਾਲ ਜੁੜੀਏ ਪਾਉਣ ਦੇ ਲਈ ਵਧਿਆ ਹੈ ਨਾ ਜਿਨ ਫਿਸ਼ਰਸ ਟਾਰਜਨ ਖੇਡ ਕਬੱਡੀ ਦਾ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਪੁਆਇੰਟ ਧਾਵੀ ਦੇ ਹਿੱਸੇ ਹੈ ਤਾਲਮੇਲ ਦੇ ਨਾਲ ਫੈਸਲਾ ਹੋਊਗਾ ਜਿਹੜੇ ਵੀਰ ਇਧਰਲੇ ਪਾਸੇ ਲੈਣ ਦੇ ਉੱਪਰ ਨੇ ਥੋੜ੍ਹਾ ਜਿਹਾ ਪਿੱਛੇ ਅਰਜੀ ਜੀ ਥੋੜ੍ਹਾ ਜਿਹਾ ਜਿਹੜੇ ਲੈਣ ਦੇ ਉੱਪਰ ਨੇ ਥੋੜ੍ਹਾ ਜਿਹਾ ਪਿੱਛੇ ਅਰਜੀਓ ਦਾਰਾ ਮੁਠੱਡਾ ਜੀ ਉਹਨਾਂ ਦਾ ਧੰਨਵਾਦ ਹੈ ਰਾਜਾ ਸੰਘਾ ਜੀ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਦੁਨੀਆ ਦੇ ਬਾਹਰ ਪ੍ਰਮੋਟਰ ਅੱਜ ਦੇ ਇਸ ਕਬੱਡੀ ਕੱਪ ਦੇ ਨਾਲ ਜੁੜੀ ਹੋਈ ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਨਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਮਨਜੋਤ ਮਾਛੀ ਵਾਲਾ ਫਿਰ ਵੱਧਾ ਹੋਇਆ ਕਬੱਡੀ ਖਿਡਾਰੀ ਮਨਜੋਤ ਤੇ ਰਾਜੂ ਦੀ ਜੋੜੀ ਵੀ ਬੜੀ ਮਸ਼ਹੂਰ ਆਹ ਜੋੜੀ ਆ ਜੱਗ ਥੋੜੀਆਂ ਨੜ ਹੋਰ ਬਥੇਰੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਮਨਜੋਤ ਵੱਧਾ ਹੋਇਆ ਕਾਂ ਲਾਓ ਜੱਫਾ ਲੱਕੀ ਥਾਬਲਕੇ ਵਾਲਾ ਹਰ ਟੱਕਣ ਦੀ ਕੋਸ਼ਿਸ਼ ਕਰਦਾ ਹੋਇਆ ਪਾਇਲ ਧਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਅੰਕ ਇੱਕ ਇੱਕ ਕਬੱਡੀ ਜਿਵੇਂ ਕਹਿੰਦੇ ਲੱਖ ਰੱਖੜੀ ਪੈਣ ਵਾਲੀ ਗੱਲ ਬਣਦੀ ਜਾ ਰਹੀ ਹੈ ਆਹ ਅਗਲੀ ਕਬੱਡੀ ਪਾਉਣ ਦੇ ਲਈ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਟੀਮ ਦਾ ਔਰ ਚਵੇਲ ਵੱਧਾ ਹੋਇਆ ਕਬੱਡੀ ਖਿਡਾਰੀ ਪੂਰਾ ਮਗਾ ਪਿਆ ਮੈਚ ਰੋ ਪਈ ਸੀ ਕਬੱਡੀ ਚਵੇਲ ਬ੍ਰਦਰ ਵੀ ਚਾਰ ਜਾ ਫਿਰ ਉਹ ਵਾਹ ਸੋਹਣਿਆ ਇੱਕ ਪਾਸੇ ਕਿਆ ਬਾਤ ਹੈ ਕਿਆ ਬਾਤ ਹੈ ਤੇਰਾ ਇੱਕੋ ਲੱਖ ਵਰਗਾ ਬਾਕੀ ਬੋਲ ਕੇ ਜੇ ਵਿੱਚ ਬਾਲਾ ਤੇਰਾ ਇੱਕੋ ਹੀ ਲੱਖ ਵਰਗਾ ਹਰ ਚਵੇ ਉਹ ਦਰਸ਼ਕ ਵੀਰ ਸਵਾਲ ਹੈਗਾ ਤਾੜੀ ਮਾਰਦੇ ਕੋਈ ਜ਼ੋਰ ਨਾਲ ਖੇਡ ਮੈਦਾਨ ਦੇ ਵਿੱਚ ਸੁਰਿੰਦਰ ਸਿੰਘ ਰਾਜ ਬੱਗਣੀ ਰਾਜਾ ਸਰਪੰਚ ਮੇਲਾ ਮਗਾ ਪਿਆ ਖੇਡ ਕਬੱਡੀ ਦਾ ਸੁਰਿੰਦਰ ਗਿੱਲ ਚਵਾਲ ਜੱਸੇ ਦੇ ਲਈ ਮਾਨ ਸਨਮਾਨ ਪੁੱਜਦੇ ਕਰਦੇ ਆ ਤਕੜਾ ਮੈਚ ਹਰਜੀਤ ਦੀ ਯਾਦ ਦੇ ਵਿੱਚ ਕਲੱਬ ਬਣਾਉਣ ਦੇ ਲਈ ਰਾਜਸਥਾਨੀ ਜੱਗੇ ਉਹਨਾਂ ਦਾ ਬਹੁਤ ਵੱਡਾ ਰੋਲ 50 ਡਾਲਰ ਦੇ ਮਾਨ ਸਨਮਾਨ ਕਿਹੜੇ ਬਲਕਾਰੇ ਦੇ ਵਾਸਤੇ ਮੇਰੇ ਵੱਲੋਂ ਹੋਣਗੇ ਬਹੁਤ ਬਹੁਤ ਧੰਨਵਾਦ ਜੱਗਾ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਇਹਨਾਂ ਖਿਡਾਰੀਆਂ ਦਾ ਲਓ ਅਗਲੀ ਰੇਡ ਮੈਦਾਨ ਦੇ ਨਾਲ ਆਪਾਂ ਫਿਰ ਜੁੜਾਂਗੇ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਇੱਕ ਇੱਕ ਨੰਬਰ ਬਹੁਤ ਕੀਮਤੀ ਸਾਰੀ ਸੰਗਾਲੀ ਹਾਂ ਰੋਕੇ ਮੈਦਾਨ ਦੇ ਨਾਲ ਫਿਰ ਜੁੜੀਏ ਇਹ ਗੱਭਰੂ ਦੇਸ਼ ਪੰਜਾਬ ਦੇ ਦੇਖੋ ਜਿਸਿਆਂ ਦੇ ਵਿਗਿਆਨ ਛਾਬੀਆਂ ਇਹ ਦਿੰਦੇ ਥਲ ਤੂਫਾਨ ਇਹ ਅਮਰੀ ਗੁੰਡੀ ਚਾਰ ਦੇ ਟਾਕੀ ਲਾਉਂਦੇ ਵਿੱਚ ਸਮਾਨ ਇਹ ਤਨਵਨ ਦੇ ਰਾਜੂ ਜੀ ਦੇ ਵੱਡ ਫੇਜਾ ਖੇਡ ਮੈਦਾਨ ਇਹਨਾਂ ਦੇ ਕਹਿੰਦੇ ਵਿੱਚ ਹੁੰਦੀ ਜਦੋਂ ਦੇਸ਼ ਕੌਮ ਦੀ ਸ਼ਾਨ ਤਾਂ ਇਹ ਰੱਬ ਵਰਗਾ ਹੈ ਦੋਸਤੋ ਸਾਨੂੰ ਵਿਨਗਰਾਂ ਤੇ ਮਾਨ ਲਾਲੀ ਸਿੱਧੂ ਜੀ ਰਾਜੂ ਵਿਰਕ ਨਾਲ ਹੈਰੀ ਵਿਰਕ ਜੀ ਗੁਲਜਾਤ ਟਰਾਂਸਪੋਰਟ ਦੇ ਵੱਲੋਂ ਜਿੰਨੇ ਵੀ ਜੱਫੇ ਗੁਰਦੇ ਪਲਾਵੇ ਹਰ ਇੱਕ ਜੱਫੇ ਤੇ 100 ਡਾਲਰ ਦੇ ਮਾਨ ਸਨਮਾਨ ਹੋਣਗੇ ਲਾਲੀ ਨਵਾਲ ਜੀ ਲਾਲੀ ਸਿੱਧੂ ਜੀ ਹੈਰੀ ਵਿਰਕ ਜੀ ਇਹਨਾਂ ਵੀਰਾਂ ਵੱਲੋਂ ਰਾਜੂ ਸਿੱਧਵਾ ਜੀ
ਨਾਲੀ ਵੱਡੇ ਮਾਨਸਮ ਸਾਡੇ ਲਈ ਪੁੱਜਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਲਓ ਜ਼ਖਮੀ ਸ਼ੇਰ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਮਜ਼ਾ ਹੈ ਨਿੱਕਰ ਤੇ ਲਿਖਿਆ ਦਾ ਨਿਊ ਬਰੀਡ ਆਫ ਕਬੱਡੀ ਅਮਨਵੀਰ ਠਿਗਲੀ ਪਰ ਵੇਖੋ ਵੀ ਚੈਵਿਜ ਬ੍ਰਦਰ ਅੱਜ ਮੇਲੇ ਲੁੱਟ ਰਿਹਾ ਹੈ ਕਿ ਗੱਲ ਗੱਲ ਵਿੱਚ ਨਿਖਰਾ ਯਾਰ ਉਹ ਡਿਫਰੈਂਟ ਜਿਹਾ ਮੁੰਡਾ ਹੈ ਪੁਆਇੰਟ ਆਪਣੀ ਟੀਮ ਦੇ ਸੇ ਜੁੜ ਗਿਆ ਅਗਲੀ ਗੱਲ ਜਿਹਨਾਂ ਮੱਖਣ ਵਾਲੀ ਜੀ ਤੇ ਕਬੱਡੀ ਤੇ ਲੱਕੀ ਜੀ ਗਿੱਲ ਕੋ ਫਾਇਰ ਪਲੇਸ ਵਾਲੇ ਯੂਥ ਕਬੱਡੀ ਕਲੱਬ ਦੇ ਮੇਨ ਪ੍ਰਬੰਧਕਾਂ ਦੇ ਵਿੱਚੋਂ ਇੱਕ ਨੇ ਨਾ ਕਬੱਡੀ ਪਾਉਣ ਦੇ ਵਾਸਤੇ ਫਿਰ ਬੰਦਾ ਹੋਇਆ ਜੱਗਾ ਮੈਦਾਨ ਦੇ ਵਿੱਚ ਜੱਗਾ ਜਲੰਧਰ ਹੀ ਆ ਹਾਂ ਅੱਗੇ ਪਈ ਫਿਰ ਰੇਡ ਤੋਂ ਉੱਪਰ ਖੇਲਾ ਲਾਓ ਜੱਫਾ ਹਾਂ ਸ਼ਾਹਕੋਟ ਦੇ ਏਰੀਏ ਦਾ ਨੌਜਵਾਨ ਉੱਧਰ ਮੂਲਕਾਂ ਦੇ ਏਰੀਏ ਦਾ ਜੰਡਿਆਲੇ ਦੇ ਏਰੀਏ ਦਾ ਹਾਂ ਸ਼ਾਹਕੋਟ ਦੇ ਏਰੀਏ ਦਾ ਕੋਟਲੀ ਗਾਜਰਾਂ ਵਾਲਾ ਯਾਦ ਕਰਦਾ ਕਰਦਾ ਹਾਂ ਯੂਥ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਨੇ ਇੱਕ ਹੋਰ ਨੰਬਰ 100 ਡਾਲਰ ਦੀ ਆਖਰੀ ਕਬੱਡੀ ਪੈਣ ਜਾ ਰਹੀ ਹੈ ਗਿੱਲ ਕੋ ਫਾਇਰ ਪਲੇਸ ਤੇ ਜੱਗਾ ਤੇ ਲੱਕੀ ਜੀ ਉਹਨਾਂ ਵੱਲੋਂ 100 ਡਾਲਰ ਦੇ ਮਾਨਸਮਾਨ ਦਿੱਤੇ ਜਾਣਗੇ ਜੇ ਜਾਫੀ ਜੱਫਾ ਲੱਗ ਗਿਆ ਸਿੱਧੂ ਜੀ ਰਾਜੂ ਸਿੱਧੂ ਜੀ ਲਾਲੀ ਨਿਰਵਾਲ ਜੀ ਨਾਲ ਹੈਰੀ ਵਿਰਕ 100 ਡਾਲਰ ਗੁਰਦਿੱਤ ਨੇ ਹਰ ਇੱਕ ਜੱਫੇ ਤੇ ਲੈ ਵੀ ਗੁਰਦਿੱਤ ਵੇਖੋ ਵੀ ਪਈ ਹੋਈ ਕਬੱਡੀ ਹਲੋ ਚਵੇ ਵੀ ਹੁਣ ਕੌਣ ਕਰਦਾ ਟਰਾਈ ਇਸ ਨੌਜਵਾਨ ਨੂੰ ਟੱਕਰ ਦੀ ਲਓ ਵੇਖੋ ਗੁਰਦਿੱਤ ਸ਼ਪਿੰਦਰ ਮਨਾਲਾ ਵੱਜੀ ਹੋਈ ਪ੍ਰੈਸ ਵਾਓ ਆਇਆ ਗਬਰੂ ਮਕਸੀਕਨ ਮੋਲਾ ਆ ਤਾੜੀਆਂ ਮਾਰਦੇ ਜੀ ਭਾਵੇਂ ਮੁੰਡੇ ਦੇ ਵਾਸਤੇ ਤਾੜੀਆਂ ਮਾਰਦੇ ਹੋ ਜਾਨ ਦੇ ਨਾਲ ਜੀਦਾਰੀ ਦੇ ਨਾਲ ਖੇਡੀ ਜਾਂਦੀ ਖੇਡ ਕਬੱਡੀ ਆ ਤਿੰਨ ਬਣ ਜੋੜ ਦੇ ਵਿੱਚ ਕਾਮਯਾਬ ਹੋਇਆ ਔਰ ਚਵੇਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮਨਜੋਤ ਮਾਛੀ ਵਾਲੇ ਦਾ ਵੱਧਾ ਹੋਇਆ ਕਬੱਡੀ ਖਿਡਾਰੀ ਮਨਜੋਤ ਦੀ ਕਬੱਡੀ ਤੇ ਕਿਹੜਾ ਲਾਊ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਟੀਮ ਨਾਲ ਫਿਰ ਜੱਫਾ ਇਹ ਵੀ 4 ਮੰਨੇ ਪਰ ਮੰਨੇ ਨੇ ਆ ਇੱਕ ਇੱਕ ਨੰਬਰ ਬਹੁਤ ਕੀਮਤੀ ਹੈ ਕੋਟਲੀ ਵਾਲਾ ਯਾਰ ਹਾਂ ਡੱਕਣ ਦੀ ਕੋਸ਼ਿਸ਼ ਕਰ ਰਹਾ ਹੋਇਆ ਸ਼ਾਹ ਕੋਟ ਦਾ ਏਰੀਆ ਬੱਲੇ 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 ਆ ਪੈ ਗਈ ਪੁੱਠੀ ਆ ਮੇਰੀ ਸਕਮਾਲ ਕਰਦਾ ਹੋਇਆ ਮਨਜੋਤ ਮਨਜੋਤ ਮਾਛੀ ਵਾੜੇ ਵਾਲਾ ਹੈ ਇਹ ਹੈ ਮਾਛੀ ਵਾੜੇ ਦਾ ਮਨਜੋਤ ਅਗਲੀ ਕਬੱਡੀ ਪਾਉਣ ਦੇ ਲਈ ਇਹ ਬਾਡੀ ਫਿੱਟ ਹੈ ਗੱਭਰੂ ਦੀ ਸਰੀਰ ਜਿਵੇਂ ਤੇਸੀਆਂ ਦੇ ਨਾਲ ਘੜਿਆ ਹੱਥ ਛੇਤੀ ਆਉਂਦਾ ਨਹੀਂ ਪੱਬਾਂ ਤੇ ਭੱਜ ਭਾਲੇ ਤੇ ਖੜਿਆ ਜੀ ਜਾਨ ਲਗਾ ਦਿੰਦਾ ਮੈਚ ਦਾ ਕਰ ਦਿੰਦਾ ਇੱਕ ਪਾਸਾ ਰਸ਼ੀਨ ਵਾਲਿਆ ਦੁੱਲੇ ਦੇ ਟਹਿਕਦਾ ਰਹੇ ਬੁੱਲਾਂ ਤੇ ਹਾਸਾ ਰਸ਼ੀਨ ਵਾਲਿਆ ਦੁੱਲੇ ਦੇ ਟਹਿਕਦਾ ਰਹੇ ਬੁੱਲਾਂ ਤੇ ਹਾਸਾ ਹਲਕੀ ਜੀ ਮੁਸਕਾਨ ਨਾ ਇਧਰੇ ਪਾਸੇ ਬੱਗੇ ਪਿੰਡ ਵੱਲ ਸਰਾਲਾ ਰਹਿਣ ਵਾਲੇ ਬੀਰੀ ਉਹਨਾਂ ਨੂੰ ਸਰ ਰੇਸ਼ਮ ਸਿੰਘ ਉਹਨਾਂ ਨੂੰ ਸੇਵਾ ਸਿੰਘ ਰਾਣੇ ਉਹਨਾਂ ਨੂੰ ਮਾਂ ਹੈ ਇਸ ਨੌਜਵਾਨ ਦੀ ਖੇਡ ਦੇ ਉੱਪਰ ਮੋਹਣੇ ਉਹਨਾਂ ਨੂੰ ਸੰਦੀਪ ਗੁਰੇ ਹੋਣ ਮਾਣ ਨਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੌਣ ਆ ਬੰਦਾ ਖਾਨ ਅਜਵਰ ਰਾਜੂ ਔਰ ਦੂਸਰੇ ਪਾਸੇ ਮਲਕਾਰਾ ਹਾਂ ਦੱਖਣ ਦੀ ਕੋਸ਼ਿਸ਼ ਕਰਨਾ ਹੁੰਦੀ ਹੈ ਕਮਾਲ ਔਖੜ ਦੇ ਪੈਰ ਵਿੱਚ ਇਧਰ ਗੁਰਦਿੱਤ ਦੇ ਹਰ ਇੱਕ ਜੱਫੇ ਦੇ 200 ਡਾਲਰ ਲਾਲੀ ਸਿੱਧੂ ਜੀ ਗੁਲਜ਼ਾਰ ਟਰੱਕ ਹੈਰੀ ਵਿਰਕ ਰਾਜੂ ਸਿਦਮਾ ਲਾਲੀ ਨਰਵਾਲ 200 ਡਾਲਰ ਗੁਰਦਿੱਤ ਦੇ ਹਰ ਇੱਕ ਜੱਫੇ ਤੇ ਲੈ ਵੀ ਗੁਰਦਿੱਤ ਫਿਰ ਕਬੱਡੀ ਦਾ ਟਾਰਜਰ ਹੁਣ ਵੇਖੋ ਵੀ ਨੌਜਵਾਨ ਵਿੱਚ ਐਵੇਂ ਦੇ ਬਣਾ ਲਓ ਦੁਨੀਆ ਲਚਾਤੀ ਨੌਜਵਾਨ 200 ਡਾਲਰ ਗੁਰਦਿੱਤ ਦੇ ਲਈ ਬੰਤ ਨੇਜਰ ਮੱਖਣ ਧਾਲੀਵਾਲ ਕੁਲਵੰਤ ਧਾਮੀ ਜੀ ਉਹਨਾਂ ਦਾ ਸਮੀਪੁਰੀਏ ਵਿੱਕੀ ਉਹਨਾਂ ਦਾ ਤਾਰੀ ਡੱਬ ਸੰਘ ਦੇਸੀਆਂ ਦਾ ਧੰਨਵਾਦ ਹੈ ਮੇਨ ਆਯੋਜਕ ਪ੍ਰਯੋਜਕ ਨੇ ਸਮੀਪੁਰੀਏ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ੇ ਤੌਰ ਤੇ ਗਹਿਰੀ ਬੀਲਾ ਦੀ 50 ਡਾਲਰ ਬੰਦੇ ਦੇ 200 ਡਾਲਰ ਲਾਲੀ ਸਿੱਧੂ ਜੀ ਹਾਰੀ ਬਿਰਗ ਜੀ ਰਾਜੂ ਸਿਦਮਾ ਲਾਲੀ ਨਵਾਲ ਲਓ ਖੇਡ ਮੈਦਾਨ ਦੇ ਵਿੱਚ ਜੱਗਾ ਹੈ ਡਬਲ ਟੱਚ ਗੁੱਲੂ ਪੱਡੇ ਦਾ ਫੈਸਲਾ ਕਿ ਪੁਆਇੰਟ ਨੌਜਵਾਨ ਗੱਭਰੂ ਰੇਡਰ ਦੇ ਹਿੱਸੇ ਜੁੜ ਗਿਆ ਲੱਖ ਲੱਖ ਦੀ ਕੌਡੀ ਪੈਂਦੀ ਹੈ ਤਕੜਾ ਮੈਚ ਹਾਈ ਪ੍ਰੈਸ਼ਰ ਮੈਚ ਲਓ ਅਗਲੀ ਕਬੱਡੀ ਚੈਲੇਂਜ ਬ੍ਰਦਰ ਜੈਰੋ ਚੈਲੇਂਜ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਜ਼ਾ ਹੈ ਮਗਿਆ ਪਿਆ ਮੈਚ ਹੈ ਹਰਜੀਤ ਬਾਜਾਖਾਨਾ ਕਬੱਡੀ ਕੱਪ ਦਾ ਟੂਰਨਾਮੈਂਟ ਸਰੀ ਦਾ ਬਲ ਸੈਂਟਰ 17 ਤਰੀਕ ਹੈ ਸਾਲ 2019 ਹੈ ਨੈਸ਼ਨਲ ਕਬੱਡੀ ਫੈਡਰੇਸ਼ਨ ਦਾ ਚੌਥਾ ਖੇਡ ਮੇਲਾ ਆਪਣੇ ਭਰ ਜੋ ਬੰਦੇ ਲਓ ਪੁਆਇੰਟ ਇਸ ਸਮੇਂ ਨੌਜਵਾਨ ਜੈਰੋ ਚੈਲੇਂਜ ਆਪਣੀ ਟੀਮ ਦੇ ਸੇ ਜੁੜ ਗਿਆ ਅਗਲੀ ਕਬੱਡੀ ਕੌਣ ਪਾਉਣ ਦੇ ਲਈ ਮਜ਼ਾ ਹੋਇਆ ਇਹ ਹੈ ਮਾਛੀ ਵਾਲਾ ਸਾਹਿਬ ਦੀ ਧਰਤੀ ਦਾ ਮਨਜੋਤ ਲਓ ਇਸ਼ਾਰਾ ਬੱਪਰ ਦਾ ਕਰਦਾ ਟਰਾਈ ਇਸ ਨੌਜਵਾਨ ਨੂੰ ਡੱਕਣ ਵੀ ਰੱਖਣ ਵੀ ਯੂਥ ਹਰਜੀਤ ਲਓ ਪੁਆਇੰਟ ਯੂਥ ਕਬੱਡੀ ਕਲੱਬ ਦੇ ਹਿੱਸੇ ਜੁੜ ਗਿਆ ਪੁਆਇੰਟ ਯੂਥ ਕਬੱਡੀ ਕਲੱਬ ਨਿਊਯਾਰਕ ਪੇਂਟਿੰਗ ਬਿਕਰ ਸਿੰਘ ਜੀ ਸਰਾਏ ਨਾਲ ਹਰਵਿੰਦਰ ਸਿੰਘ ਜੀ ਲੱਡੂ ਜਹਾਂਗੀਰ ਦੁੱਲਾ ਅਗਲੀ ਕਬੱਡੀ ਪਾਉਣ ਦੇ ਲਈ ਨਾ ਬੱਗੇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਹਰਜੀਤ ਬਰਾੜ ਦੀ ਟੱਕਰ ਜਦੋਂ ਕੋਲ ਛਾਪੇ ਦੇ ਜਗਦੀਰ ਫੌਜੀ ਵਰਗਿਆਂ ਨਾਲ ਹੁੰਦੀ ਸੀਗੀ ਦੁਨੀਆ ਖੜ ਖੜ ਕੇ ਵੇਖਦੀ ਸੀਗੀ ਅੱਜ ਵੀ ਵੇਖ ਰਹੇ ਦੁੱਲੇ ਦੀ ਟੱਕਰ ਗੁਰਦੇ ਦੇ ਨਾਲ ਕਦੇ ਸੁਪਿੰਦਰ ਦੇ ਨਾਲ ਹਰਵਿੰਦਰ ਸੋਹੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਿਸ਼ੇ ਤੌਰ ਦੇ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਪਰਸਰਾਂ ਬੁਰੀਆ ਜੱਸਾ ਵੱਧਾ ਹੋਇਆ ਖਿਡਾਰੀ ਬਲਕਾਰਾ ਬਲਕਾਰਾ ਆਈ ਤੇ ਆ ਗਿਆ ਹੁਣ ਫਿਰ ਨੱਕਣ ਦੀ ਕੋਸ਼ਿਸ਼ ਚੱਲਦੀ ਹੋਈ ਆ ਬੱਲੇ ਬੱਲੇ ਆ ਕਬੱਡੀ 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 ਹਰ ਫੁੱਲੇ ਫੁਲਾਰੇ ਅਗਲੀ ਕਬੱਡੀ ਪਾਉਣ ਦੇ ਲਈ ਚਵੇ ਮੇਰੇ ਵੀਰੋ ਸ਼ਿੰਦਰ ਘੜਾ ਸੁਪਿੰਦਰ ਮਨਾਲਾ ਅਮਨਵੀਰ ਠਿਗਲੀ ਦੇ ਨਾਲ ਗੁਰਦਿੱਤ ਹੁਣ ਕੌਣ ਕਰਦਾ ਟਰਾਈ ਦੁਨੀਆ ਟਕੋ ਟਕੀ ਵੇਖਦੀ ਹੈ ਕਿ ਲਾਲਾ ਲਾਲਾ ਹੋ ਗਈ ਪਾਲਾ ਗਿਆ ਹਲ ਸੀ ਘਰੋਂ ਕਰੀ ਵਾਰ ਤੇ ਸੋਚਾਂ ਤੇ ਮੱਲ ਸੀ
ਫਾਇਰ ਪਲੇਸ ਵਾਲੇ ਲੱਖੀ ਤੇ ਜੱਗਾ ਦੀ ਲਾਪੜਾਂ ਵਾਲੇ ਯੂਥ ਕਬੱਡੀ ਕਲੱਬ ਦੇ ਵਾਸਤੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਨਾਲ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਰਾਜੂ ਵਾਧਾ ਹੋ ਖਿਡਾਰੀ ਔਰ ਦੂਸਰੇ ਪਾਸੇ ਬੋਪਰੀਆ ਹੁਸ਼ਿਆਰਾ ਫਿਰ ਦੱਕਣ ਦੀ ਕੋਸ਼ਿਸ਼ ਕਰਨ ਵਾਲੇ ਪੰਜ ਯੂਥ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਆਉਣ ਵਾਲੀ 25 ਤਰੀਕ ਨੂੰ ਕਾਮਾ ਗਾਡਾ ਮਾਰੂ ਤੇ ਪੰਜਾਬ ਸਪੋਰਟਸ ਕਲੱਬ ਇਸੇ ਗਰਾਊਂਡ ਦੇ ਵਿੱਚ ਵੱਡਾ ਖੇਡ ਮੇਲਾ ਹੋਣਾ। ਇਹ ਗੁਰਦੇ ਤੇ ਜੱਫਾ ਲਾਵੇ $200 ਲਾਲੀ ਸਿੱਧੂ ਜੀ ਰਾਜੂ ਸਿੱਧੂ ਜੀ ਹੈਰੀ ਵਿਰਕ ਦੇ ਨਾਲ ਲਾਲੀ ਨਰਵਾਲ ਜੀ $200 ਮਿਲ ਗਏ। ਉਹ ਗੁਰਦੇ ਤੁਸੀਂ ਵੇਖੀ ਹੱਥੋਂ ਤਿਲਕਦਾ ਜਾਂਦਾ ਹਰਵਿੰਦਰ ਸੋਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹਰਵਿੰਦਰ ਸੋਹੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਵਿਸ਼ੇਸ਼ ਤੌਰ ਤੇ। ਸੁਖਜੀਵ ਬਿਲਿੰਗ ਜੀ ਲਓ ਫਿਰ ਕਬੱਡੀ ਮੈਦਾਨ ਦੇ ਅੰਦਰ ਦੇਖਣੀ ਵੀ ਪੈਂਦੀ। ਮੈਚ ਬਹੁਤ ਤੇਜ਼ ਹੋਇਆ। ਨਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਬੰਦਾ ਹੈ ਕੌਣ? ਇਹ ਮਨਜੋਤ ਸਿੰਘ, ਇਹ ਵੀ ਮੰਨਿਆ ਪਰਮੰਨਿਆ ਕਬੱਡੀ ਖਿਡਾਰੀ ਸਿੱਖ ਸਰਦਾਰ ਮੈਦਾਨ ਵਿੱਚ ਪਾਉਣ ਦੇ ਵਾਸਤੇ ਬੰਦਾ ਹੋਇਆ। ਔਰ 4 ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੇ, ਇਹ ਵੀ ਮੰਨਿਆ ਪਰਮੰਨੇ ਨੇ ਹੱਥ ਆਬੜ ਕੇ ਮੇਰਾ ਨੱਕਰ ਦੀ ਕੋਸ਼ਿਸ਼ ਕਰਦਾ। ਜਿੰਦਿਆਲੇ ਮਲਕੀ ਦੇ ਕਬੱਡੀ ਕਲੱਬ ਦਾ ਨਾਮ ਵੱਡਾ ਹੈ, ਬੂਟੇ ਜੋਰ ਹੋਣਾ ਵੀ ਨਾਮ ਵੱਡਾ, ਹੱਥ ਆਬੜ ਕੇ ਮੇਰਾ ਲੱਕੀ ਨੱਕਰ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਤਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਅੰਕ ਜੁੜਦਾ ਹੋਇਆ। ਤਾਵੀ ਦੁੱਲੇ ਅਗਲੀ ਕਬੱਡੀ ਲੱਦੋ ਲਾਖੇੜ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੈ ਜੀ। ਜਾਣ ਲਗਾ ਦਿੰਦਾ ਮੈਚ ਦਾ, ਕਰ ਦਿੰਦਾ ਇੱਕ ਪਾਸਾ ਹੈ। ਆ ਗੱਭਰੂ ਦੁੱਲਾ ਬੱਗੇ ਪਿੰਡ ਦੀ ਧਰਤੀ ਦਾ ਲੋਕ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੈ। ਦੁੱਲੇ ਦੀ ਪਈ ਹੋਈ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਇਸ ਨੌਜਵਾਨ ਨੂੰ ਡੱਕਣ ਦੀ ਰੱਖਣ ਦੀ? ਲੋ ਦੁੱਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ। ਰਿੰਕੂ ਬੀਲਾ ਜੀ ਵਿਸ਼ੇਸ਼ ਤੌਰ ਤੇ ਪੁੱਜੇ, ਬਹੁਤ ਬਹੁਤ ਧੰਨਵਾਦ। ਸਾਡੇ ਸੁਰਿੰਦਰ ਸਿੰਘ ਜੀ ਗਿੱਲ ਅਚਰਵਾਲ ਪੂਰੀ ਵੱਲੋਂ ਲੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਨੌਜਵਾਨ ਗੱਭਰੂ ਇਸ ਸਮੇਂ ਜਗ੍ਹਾ ਰੰਧਾਵਿਆ ਮਸੰਦਾਂ ਦੀ ਧਰਤੀ ਦਾ ਹੈ। 4 ਜਾਫੀ ਹੈ ਕਿ ਉਹ ਗੱਭਰੂ ਚੋਟੀ ਨੇ ਰਾਜਾ ਬਾਜ ਕੇ ਤੀਰਥ ਦੀਪਾ ਹਾੜਾ ਛੱਡੋ ਨਸ਼ਿਆਂ ਨੂੰ ਕਹਦਾ ਜ਼ਿੰਦਗੀ ਨਾਲ ਸ਼ਰੀਕਾ। ਮੈਂ ਆਪਣੇ ਵੱਲੋਂ, ਕਾਲੇ ਰਸ਼ੀਨ ਵੱਲੋਂ, ਲੱਖਾ ਸਿੱਧਵਾ ਵੱਲੋਂ, ਸੁਰਖਮਰੀਏ ਦੁੱਲੇ ਵੱਲੋਂ ਵਿਸ਼ੇ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ। ਇੰਦਰਜੀਤ ਰੂਮੀ ਜੀ ਉਹਨਾਂ ਦਾ, ਔਰ ਵਿਸ਼ੇ ਤੌਰ ਤੇ ਜੋਨੀ ਬਲੇਨੀ ਉਹਨਾਂ ਦਾ, ਯੰਗ ਕਬੱਡੀ ਕਲੱਬ ਦੇ ਸਾਰੇ ਵੀਰਾਂ ਦਾ, ਰਾਜ ਪੁਰੇਵਾਲ ਜੀ ਉਹਨਾਂ ਦਾ, ਜਿਹਨਾਂ ਵੱਲੋਂ ਵੱਡੇ ਮਾਨ ਸਨਮਾਨ। ਪਰ ਇਧਰ ਪਾਸੇ ਗੁਰਦੇ ਦਾ ਮੁਕਾਬਲਾ ਫਿਰ ਚੱਲ ਪਿਆ। ਵੱਲੋ ਵੱਲੇ ਆ ਡੱਕਣ ਦੀ ਕੋਸ਼ਿਸ਼ ਕਰਦਾ ਮਾਜੇ ਦਾ ਮਜਾਇਲ ਦੁਨੀਆ ਦਾ ਚੋਟੀ ਦਾ ਕਬੱਡੀ ਖਿਡਾਰੀ। ਆ ਬੱਲੇ ਬੱਲੇ ਇੱਕ ਜੋਰ ਦੇ ਲੱਗੂ ਜੇ ਫਗ ਨਹੀਂ, ਆ ਭਾਜੜਾ ਮੋੜ ਰਹੀ ਹੈ ਤੇਰੇ ਮਗਰ ਬੰਦੂਕਾਂ ਵਾਲੇ ਚੜੇ ਹੋ ਰਾਜ ਸੋਹਣੇ ਹੌਸਲੇ ਦੇ ਨਾਲ ਹੁਣ ਤੈਅ ਕਰ ਮੰਜਲਾ ਡਰਨਾ ਤੂੰ ਸੂਰਮਾ ਦਲੇਰ ਬਣ ਜਾ। ਆਹ ਕੁੱਖੋਂ ਜਾਏ ਤਾਈ ਮਾਇਆ ਆਖਦੀ ਕਿ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ। ਕੁੱਖੋਂ ਜਾਏ ਤਾਈ ਮਾਇਆ ਆਖਦੀ ਕਿ ਪੁੱਤਾ ਤੂੰ ਕਬੱਡੀ ਦਾ ਪਲੇਅਰ ਬਣ ਜਾ। ਆਹ ਭਿੰਦਰ ਚੱਠਾ ਡੱਕਣ ਦੀ ਕੋਸ਼ਿਸ਼ ਕਰਦਾ ਹੈ ਇਧਰ ਪਾਸੇ ਰਾਜੂ, ਇੱਕ ਹੋਰ ਨੰਬਰ ਜੋੜ ਰਿਹਾ ਆਪਣੀ ਟੀਮ ਦੇ ਵਾਸਤੇ। ਨੈਸ਼ਨਲ ਕਬੱਡੀ ਐਸੋਸੀਏਸ਼ਨ ਵਧਾਈ ਵੀ ਪਾਤਰ ਹੈ ਵੀ ਮੈਚ ਪਹਿਲਾਂ ਵੀ ਬਹੁਤ ਫਾਸਟ ਚੱਲੇ, ਫਿਰ ਆਹ ਮੈਚ ਵੀ ਬਹੁਤ ਫਾਸਟ ਸ਼ੁਰੂ ਹੋਇਆ। ਆਹ ਤੇਜ਼ ਤਰਾਰ ਕਬੱਡੀ ਖਿਡਾਰੀ ਕਿਹਦੀ ਕਿਹਦੀ ਹਿੱਕ ਦੇ ਵਿੱਚ ਕੌਣ ਕਿਹੜੇ ਕਿਹੜੇ ਅੰਦਾਜ਼ ਨਾਲ ਦੇਖਣਾ ਵੀ ਵਾਧਾ ਵਧਾ ਕਰਾਉਣ ਵਾਲੀ ਗੱਲ ਕਰਦਾ। ਅਗਲੀ ਕਬੱਡੀ ਪਾਉਣ ਦੇ ਵਾਸਤੇ ਗੀਤਾ ਬਣੈਨ ਜੀ ਤੇ ਕੁਲਵਿੰਦਰ ਸੰਧੂ ਜੀ $50 ਹਰ ਇੱਕ ਜੱਫੇ ਤੇ, ਜਿੰਨੇ ਵੀ ਜੱਫੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਟੀਮ ਲਾਊਗੀ। ਸੁਰਿੰਦਰ ਅਚਰਾ ਵਾਲੀਓ ਉਹਨੇ $50 ਦੇ ਮਾਸਮਾਨ, ਜਿੰਨੇ ਵੀ ਜੱਫੇ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਟੀਮ ਲਾਊਗੀ। ਲੋ ਖੇਡ ਮੈਦਾਨ ਦੇ ਵਿੱਚ ਅਗਲੀ ਪਈ ਹੋਈ ਕਬੱਡੀ, ਧੋਆ ਪਵਾਰ ਦਾ ਇੱਕ ਗੱਭਰੂ, ਲੋ ਜੱਸਾ ਖੇਡ ਮੈਦਾਨ ਦੇ ਵਿੱਚ ਬਣਿਆ ਹੋਇਆ। ਛੋਟੀ ਉਮਰ ਹੈ ਪਰ ਵੇਖੋ ਵੀ ਹੁਣ ਕੌਣ ਕਰਦਾ ਟਰਾਈ। ਆਇਆ ਉੱਡਰਿਆ ਕਾਲੇ ਸੰਘਿਆਂ ਵਾਲਾ ਨੌਜਵਾਨ ਗੱਭਰੂ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ। ਤਾਂ ਵੀ ਨੌਜਵਾਨ ਹੈ ਅਗਲੀ ਬੈਸ ਨੇਕੇ ਨਕੋਦਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਾਪਾਂ ਵਾਲੇ ਬਾਈ ਜੱਗਾ ਤੇ ਲੱਖੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਯੂਥ ਕਬੱਡੀ ਕਲੱਬ ਦੇ ਮੇਨ ਸਪੋਂਸਰਾਂ ਦੇ ਵਿੱਚੋਂ ਇੱਕ ਨੇ ਫਾਇਰ ਪਲੇਸ। ਨਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵੱਧਾ ਹੋਇਆ ਬੱਗੇ ਪਿੰਡ ਵਾਲਾ ਦੁੱਲਾ, ਬੜਾ ਪਿਆਰਾ ਜਿਹਾ ਕਬੱਡੀ ਖਿਡਾਰੀ। ਹੁਣ ਦੇਖਦੇ ਵੀ ਕਾਲੇ ਦੇ ਪਾਸੇ ਸ਼ਿੰਦਰ ਘਾੜਾ ਕਾਲਾ ਸੰਘਿਆਂ ਵਾਲਾ ਨਕਲਣ ਦੀ ਕੋਸ਼ਿਸ਼ ਕਰ ਰਹੇ ਤੇ ਪੁਆਇੰਟ ਧਾਵੀ ਦਾ ਚੱਲ ਵੀ ਮਜੋਸ ਆ। ਆਹ ਕਲਗੀਆਂ ਵਾਲਾ ਆਨੰਦਪੁਰ ਛੱਡ ਦਿੰਦਾ ਬਾਜ ਕਿਸੇ ਪਾਸੇ, ਘੋੜਾ ਕਿਸੇ ਪਾਸੇ, ਬੜਾ ਖੂਨ ਡੋਲਿਆ ਕੌਮ ਲਈ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਚਾਰੇ ਲਾਲ ਵਤਨਾਂ ਲਈ ਵਾਰ ਦਿੱਤੇ, ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਮਾਛੀ ਵਰਗ ਨੇ ਧਿਆਨ ਸੁੱਤੋ, ਕਲਗੀ ਕਿਸੇ ਪਾਸੇ, ਤੋੜਾ ਕਿਸੇ ਪਾਸੇ। ਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਖਸ਼ੀ ਹੋਈ ਸਿੱਖੀ, ਆਹ ਸੁੰਦਰ ਜੂੜਾ, ਸੁੰਦਰ ਰੁਮਾਲ, ਆਹ ਸੁੰਦਰ ਜਿਹੀ ਖੇਡ ਕਬੱਡੀ, ਆਹ ਮੁੰਡੇ ਦਾ ਸੁੰਦਰ ਸਰੀਰ, ਸੁੰਦਰ ਜਿਹੀ ਗਰਾਉਂਡ, ਸੁੰਦਰ ਜਿਹਾ ਠੱਠ ਵੱਜਿਆ ਹੋਇਆ, ਸੁੰਦਰ ਨਸਾਰਾ ਸਜਾ ਕੇ ਕਬੱਡੀ ਦੇ ਪ੍ਰੇਮੀ। ਆਹ ਗੁਰਦਿੱਤ 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 ਆਹ ਦੇਖੀ ਹਾ ਕਿਆ ਬਾਤ ਹੈ, ਕਿਆ ਬਾਤ ਹੈ। ਨੌਜਵਾਨ ਸਲੀਮ ਤੇ ਖੂਨ ਵੀ ਵਗ ਰਿਹਾ ਹਲਕਾ, ਇਹਨੇ ਵੀ ਵਗ ਰਿਹਾ। ਜਿੰਨੇ ਵੀ ਜੱਫੇ ਯਾਰ ਕੋਟਲੀ ਲਾਵੇ ਹਰ ਇੱਕ ਜੱਫੇ ਤੇ $100 ਬੱਬਲ ਸੰਗਰੂਰ ਬਲਰਾਜ ਸਿੰਘਾਂ ਦੇ ਨਾਲ ਸੋਨੂੰ। ਲੋਖੇੜ ਮੈਦਾਨ ਦੇ ਵਿੱਚ ਹਸ਼ਾਰਾ ਬੱਪੜ ਵਾਲਾ ਮੇਰੇ ਵੀਰੋ ਕਰਦਾ ਟਰਾਈ ਤੇ ਪੁਆਇੰਟ
ਇਸ ਸਮੇਂ ਇਸ ਨੌਜਵਾਨ ਗੱਭਰੂ ਰੇਡਰ ਦੇ ਹਿੱਸੇ ਜੁੜ ਗਿਆ ਕਿ ਰੇਡਰ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਉਹੀ ਮੰਨਿਆ ਜਾਵੇ ਉੜਦੀ ਰੇਡ ਨੂੰ ਨੱਪੇ ਬੂਟਾ ਢੰਡਾ ਦਾ ਬਹੁਤ ਬਹੁਤ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਪਈ ਸੀ ਕਬੱਡੀ ਜੈਰੋ ਜਾਵੇਦ ਕਿ ਗੱਲ ਗੱਲ ਵਿੱਚ ਨਖਰਾ ਯਾਰੋ ਡਿਫੈਂਡ ਜਿਹਾ ਮੁੰਡਾ ਏ ਗੱਠਾ ਦਾ ਸਰੀਰ ਹੈ ਫਿਰ ਕਬੱਡੀ ਦੀ ਕੀਤੀ ਹੋਈ ਮਿਹਨਤ ਛੋਟੀ ਉਮਰ ਲਓ ਵੇਖੋ ਬੱਜੀ ਹੋਈ ਪ੍ਰੈਸ ਸ਼ਪਿੰਦਰ ਮਨਾਣੇ ਵਾਲਾ ਨਹੀਂ ਡੱਕ ਸਕਿਆ ਹੈ ਪੁਆਇੰਟ ਇਸ ਸਮੇਂ ਜੈਰੋ ਚਵੇਦ ਆਪਣੀ ਟੀਮ ਦੇ ਸਹਿਯੋਗ ਗਿਆ ਰਾਜੂ ਸੁਣਾ ਦਾ ਹਰਜੀਤ ਸੁਣਨ ਆਉਂਦਾ ਗੁਰਦੀਪ ਸਿੱਧੂ ਹੋਣਾ ਦਾ ਵਿਸ਼ੇ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਵੱਡਾ ਸਹਿਯੋਗ ਪਿੰਡਾਂ ਪੰਡਾਲ ਜੀ ਦਾ ਗੈਰੀ ਪੰਡਾਲ ਦੇ ਜਸਪਾਲ ਪੰਡਾਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈਡ ਟੈਕ ਬਿਲਡਿੰਗ ਸਿਸਟਮ ਵੱਡਾ ਨਾਮ ਵੱਡੀ ਖੇਡ ਕਬੱਡੀ ਵੱਡਾ ਪ੍ਰਦਰਸ਼ਨ ਚੱਲਦਾ ਹੋਇਆ ਬੱਲੇ ਬੱਲੇ ਉਹਦੇ ਨਾਲ ਕਾਲਾ ਸੰਘਿਆ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਮੁੰਡਾ ਬੜਾ ਕਮਾਲ ਦਾ ਕਬੱਡੀ ਖਿਡਾਰੀ ਦੀ ਪੁਆਇੰਟ ਰੇਡਰ ਟੀਮ ਪੰਜਾਬੀ ਦਾ ਲਾਈਵ ਕਬੱਡੀ ਡੋਟ ਕਾਮ ਦਾ ਵਿਸ਼ੇ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਵੱਡੀ ਕਵਰੇਜ ਕਰ ਰਹੇ ਨੇ ਆਪ ਦੁਨੀਆਂ ਦੇ ਕਬੱਡੀ ਦੇ ਪ੍ਰੇਮੀ ਜੁੜੇ ਹੋਏ ਨੇ ਗੁਲਜ਼ਾਰ ਟ੍ਰਾਂਸਪੋਰਟ ਦਾ ਵੱਡਾ ਨਾਮ ਹੈ ਲਾਲੀ ਸਿੱਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਾ ਰਿਸ਼ੀ ਜੀ ਕਾਲਾ ਗੱਲ ਕਰਦਾ ਹੋਇਆ ਜਿਹੜਾ ਵੀ ਡੁੱਲੇ ਦੀਆਂ ਤਿੰਨ ਕਬੱਡੀਆਂ ਤੇ ਜਾਫੀ ਜਫਾ ਲਾਊਗਾ $500 ਦੇ ਮਾਨ ਸਨਮਾਨ ਹੋਣਗੇ ਲਾਲੀ ਸਿੱਧੂ ਜੀ ਗੁਲਜ਼ਾਰ ਟ੍ਰਾਂਸਪੋਰਟ ਹੈਰੀ ਬਿਰਗ ਜੀ ਰਾਜੂ ਸਿਧਵਤ ਜੀ ਲਾਲੀ ਨਿਵਾਲ ਜੀ ਜਿਹੜਾ ਵੀ ਜਾਫੀ ਦੁੱਲੇ ਨੂੰ ਜਫਾ ਲਾਵੇ ਤਿੰਨ ਕਬੱਡੀਆਂ ਤੇ ਦੁੱਲੇ ਦੇ $500 ਦੇ ਮਾਨ ਸਨਮਾਨ ਹੋਣਗੇ ਦੋ ਹੋਰ ਬਣ ਗਿਆ ਇੱਕ ਕਬੱਡੀ ਪੈ ਗਈ ਤੇ ਦੋ ਹੋਰ ਪੈਣ ਗਿਆ ਬੱਗੇ ਪਿੰਡੀ ਦੁੱਲੇ ਦੀਆਂ ਤਿੰਨ ਕਬੱਡੀਆਂ ਤੇ $500 ਦੇ ਮਾਨ ਸਨਮਾਨ ਹੋਣਗੇ ਗੁਲਜ਼ਾਰ ਟ੍ਰਾਂਸਪੋਰਟ ਵੱਲੋਂ ਵੱਡੇ ਮਾਨ ਸਨਮਾਨ ਪਹਿਲਾ ਹਾਫ ਇਸ ਮੈਚ ਦਾ ਹੋ ਚੁੱਕਿਆ ਦਰਸ਼ਕ ਵੀਰੋ ਜੇ ਸਵਾਲ ਆ ਰਿਹਾ ਤਾੜੀਆਂ ਮਾਰ ਦਿਓ ਜ਼ੋਰ ਨਾਲ ਅੱਜ ਰਾਜ ਸਵਾਦ ਆ ਗਿਆ ਅੱਜ ਦੇ ਟੂਰਨਾਮੈਂਟ ਦਾ ਮੇਰੇ ਵੀਰੋ ਅੱਜ ਮੇਲਾ ਮਾ ਗਿਆ ਸਰੀ ਦੇ ਬੈਲ ਸੈਂਟਰ ਦਾ ਫਾਸਟ ਮੁਕਾਬਲਾ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੇ ਸਾਰੇ ਹੀ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਕਲੱਬਾਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਰਾਜ ਬਦਨੀ ਜੀ ਸ਼ਿੰਦਾ ਅਚਰਵਾਲ ਜੀ ਜੱਗਾ ਰਾਜਸਥਾਨੀ ਜੀ ਜਿੰਨੇ ਵੀ ਵੀਰ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੇ ਨੇ ਉਹਨਾਂ ਸਾਰਿਆਂ ਵੱਲੋਂ ਸਾਰੇ ਮੈਚ ਦਾ ਜੋ ਹਾਫ ਟਾਈਮ ਤੱਕ ਦਾ ਰਿਜ਼ਲਟ ਹੈ ਯੂਥ ਕਬੱਡੀ ਕਲੱਬ ਦੇ ਪੁਆਇੰਟ 27 ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੇ ਪੁਆਇੰਟ 37 ਬੜਾ ਥੋੜਾ ਫਰਕ ਹੈ ਬੜੀ ਤਕੜੀ ਟੱਕਰ ਦੋਨਾਂ ਟੀਮਾਂ ਦੇ ਦਰਮਿਆਨ ਖੇਡੀ ਜਾ ਰਹੀ ਹੈ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਚੌਥੇ ਟੂਰਨਾਮੈਂਟ ਦਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਹਾਂਜੀ ਧੰਨਵਾਦ ਸਾਡੇ ਬਹੁਤ ਸਤਿਕਾਰਯੋਗ ਸ਼ਿੰਦਾ ਅਚਰਵਾਲ ਜੀ ਨਾਲ ਨੀਟੂ ਕਾਂਗੋਰੀ ਸੋਨੂ ਜੰਪ ਲੱਡੂ ਜਹਾਂਗੀਰ ਨਾਲ ਵਿਕਰ ਸਰਾਏ ਜੀ ਜਿੰਨੇ ਮੇਰੇ ਵੀਰ ਜਾਣੇ ਬਲੀਨੇ ਹੋਣੀ ਨੀਟੂ ਤੰਗ ਨਾਲ ਇੰਦਰਜੀਤ ਰੋਮੀ ਹੋਣੀ ਰਾਜ ਪੁਰੇਵਾਲ ਜੀ ਜੈਲਾ ਧੂੜ ਕੋਟੀ ਰਾਜ ਸੰਘਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਿੰਡਾ ਬੱਬਲ ਜੀ ਪਿੰਦਰ ਸੰਧੂ ਜੀ ਦਾਰਾ ਮੁਠੱਡਾ ਜੀ ਸਾਰੇ ਮਾਨ ਪ੍ਰਮੋਟਰਾਂ ਦਾ ਵੱਡਾ ਸਹਿਯੋਗ ਹੈ ਸੋਨੂ ਬਾਰ ਜੀ ਉਹਨਾਂ ਦਾ ਵਿਸ਼ੇ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਇਸ ਕਬੱਡੀ ਕੱਪ ਦੇ ਵਾਸਤੇ ਸਾਰਿਆਂ ਦਾ ਵੱਡਾ ਰੋਲ ਹੈ ਕੁਲਵਿੰਦਰ ਸੰਧੂ ਜੀ ਦਾ ਜੀਤਾ ਵੜੈਦ ਜੀ ਉਹਨਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਸਾਰੇ ਮਾਨਯੋਗ ਸਤਿਕਾਰਯੋਗ ਸਾਡੇ ਸਰਦਾਰ ਕੁਲਵਿੰਦਰ ਸਿੰਘ ਜੀ ਸੰਧੂ ਨਿਊ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹੈ ਹਾਂਜੀ ਰਿੰਕੂ ਬੀਲਾ ਉਹਨਾਂ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਰਿੰਕੂ ਬੀਲਾ ਜੀ ਦਾ ਵਿਸ਼ੇਸ਼ ਸਨਮਾਨ ਪ੍ਰਧਾਨ ਸ਼ਿੰਦਾ ਅਚਰਵਾਲ ਜੀ ਨਾਲ ਨੀਟੂ ਕੰਗ ਜੀ ਦੁਨੀਆਂ ਦੀ ਮਹਾਨ ਸ਼ਖਸੀਅਤ ਹੈ ਨੈਸ਼ਨਲ ਕਬੱਡੀ ਫੈਡਰੇਸ਼ਨ 'ਚ ਵੱਡਾ ਨਾਮ ਬੂਟਾ ਢੱਡਾ ਜੀ ਕੀ ਬਾਤ ਹੈ ਕਿਸੇ ਨਾਮੀ ਸ਼ਖਸੀਅਤ ਦੀ ਗੱਲ ਕਰੀਏ ਪੈਸਾ ਲਾਉਂਦਾ ਜੀ ਸਾਡੇ ਬੋਡੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਮਾਵਣਾ ਮਾਣ ਹਰਦਾ ਬਾਹ ਵਾਸਤਾ ਕਿਸੇ ਨਾਲ ਪਿਆ ਹੋਵੇ ਸਾਡੇ ਕੰਮਾਂ ਲਈ ਪੂਰਾ ਸਹਿਯੋਗ ਦਿੰਦਾ ਜੇ ਕਿਤੇ ਬੂਟਾ ਢੱਡਾ ਜੀ ਨੂੰ ਕਿਹਾ ਹੋਵੇ ਇਹ ਦੁਨੀਆਂ ਦੀ ਮਾਣ ਤੇ ਸਤਿਕਾਰ ਦੀ ਖੁਸ਼ੀਅਤ ਹੈਲੋ ਹੈਪੀ ਚੀਮਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਿਸ਼ੇ ਤੌਰ ਤੇ ਹੈਪੀ ਚੀਮਾ ਜੀ ਉਹਨਾਂ ਦਾ ਵਿਸ਼ੇ ਧੰਨਵਾਦ ਹੈ ਬੂਟਾ ਢੱਡਾ ਜੀ ਦਾ ਧੰਨਵਾਦ ਜੀ ਢੱਡਾ ਜੀ ਉਹਨਾਂ ਦਾ ਬੂਟਾ ਸਿੰਘ ਜੀ ਟੰਡਾ ਰਣਜੀਤ ਸਿੰਘ ਜੀ ਟੰਡਾ ਟੰਡਿਆਂ ਦਾ ਕਬੱਡੀ ਕੱਪ ਉਹ ਵੀ ਦੁਨੀਆਂ ਦੇ ਵਿੱਚ ਵੱਖਰੀ ਮਿਸਾਲ ਪੈਦਾ ਕਰਦਾ ਹੈ ਐਗਜ਼ੈਂਪਲ ਜੇ ਛਾਤੀ ਵਿੱਚ ਬਲ ਹੋਵੇ ਲੋਕੀ ਤਾਂ ਪਿਛਲੇ ਸਰਨਾਮਾ ਕਿ ਹਰਜੀਤ ਬਰਾੜ ਦੇ ਵਿਰਲੇ ਪੁੱਤ ਜਮਦੀ ਨਾਮਾ ਹੈ ਉਹਦੇ ਪਾਸੇ ਪਰਸ ਨੰਬਰੀ ਜੱਸਾ ਅਗਲੀ ਪਾਉਂਦਾ ਹੈ ਰੇਡ ਤੇ ਪੁਆਇੰਟ ਦੇਖਾਂਗੇ ਵੀ ਧਾਵੀਰ ਓਕੇ ਲਓ ਖੇਡ ਮੈਦਾਨ ਚ ਚਾਰੋ ਬ੍ਰਦਰ ਜੈਰੋ ਦੇ ਜੈਰੋ ਦੋ ਵੀਰ ਹੈ ਤੇ ਪੁਆਇੰਟ ਐਸ ਦੇ ਸਾਡੇ ਬਹੁਤ ਸਤਿਕਾਰਯੋਗ ਨਾਜ਼ਰ ਸਹੋਤਾ ਪਹਿਲ ਥਾਂਦੀ ਦੀਪਾ ਚੌਹਾਨ ਤੇ ਨੀਟੂ ਬੜਿਆਲ ਜੈਲਾ ਧੂੜ ਕੋਟੀਏ ਨਾਲ ਵੱਡੀ ਜਾ ਰਹੀ ਹੈ ਵਿਸ਼ੇਸ਼ ਤੌਰ 'ਤੇ ਲੈਵ ਆਨੰਦ ਮਾਣਦੇ ਹੋ ਜਗ੍ਹਾ ਰਾਜਸਥਾਨ ਜੀ ਉਹਨਾਂ ਦਾ ਧੰਨਵਾਦ ਹੈ
ਨਾਲ ਸਾਡੇ ਸਭ ਦੀ ਤਖੜ ਜੀ ਥਾਂਦੀ ਬ੍ਰਦਰ ਲਓ ਖੇਡ ਮੈਦਾਨ ਚ ਗੱਭਰੂ ਕਹਿੰਦੇ ਕਬੱਡੀ ਪਾਉਣ ਵਾਸਤੇ ਮਨਜੋਤਾ ਮਾਛੀ ਬੜਾ ਸਾਹਿਬ ਪੇਂਡਾ ਖੇਡ ਮੈਦਾਨ ਚ ਪਾਈ ਹੋਈ ਕਬੱਡੀ ਲਓ ਇਸ਼ਾਰਾ ਵਾਪਰੀਆ ਖੇਡ ਮੈਦਾਨ ਚ ਕਰਦਾ ਟੱਕਣ ਦੀ ਗੱਲ ਤੇ ਪੁਆਇੰਟ ਇਸ ਵੇਲੇ ਉਹਨਾਂ ਵੱਲੋਂ ਸਾਡੇ ਦਾ ਵੱਡਾ ਸਤਿਕਾਰ ਤਾਂ ਅਗਲੇ ਧੰਨਵਾਦ ਹੈ ਖੇਡ ਮੈਦਾਨ ਦੇ ਵਿੱਚ ਲਾਓ ਆਰੇ ਦੇ ਯਾਰੋ ਲੈ ਵੀ ਥਿਗਲੀ ਵਾਲਾ ਕਰ ਤਿਆਰੀ ਨੌਜਵਾਨਾਂ ਅਮਨ ਥਿਗਲੀ ਜਹਾਜ਼ ਇੱਕ ਸਾਈਡ ਦੇ ਸਪਿੰਦਰ ਮਨਾਣੇ ਵਾਲਾ ਲਓ ਬੂਟਾ ਢੱਗਾ ਜੀ ਆਨੰਦ ਮਾਣਦੇ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਲਓ ਦੋ ਨੰਬਰ ਤੇ ਸ਼ਿੰਦਰ ਘੜੇ ਨਾਲ ਹੋਈਆਂ ਹੱਥ ਜੋੜੀਆਂ ਪੁਆਇੰਟ ਧਾਵੀ ਦੇ ਸੇ ਜੁੜਦਾ ਆਇਆ ਚੱਲ ਜੱਗਾ ਰਧਾਵੇ ਮਸੰਦਾ ਵਾਲਾ ਖੇਡ ਮੈਦਾਨ ਚ ਕਬੱਡੀ ਪਾਉਣ ਨੂੰ ਵਾਧਾ ਹੋਇਆ ਜੱਗਾ ਜੰਮਿਆਂ ਦੇ ਮਿਲਣ ਵਧਾਈਆਂ ਕਿ ਵੱਡਾ ਹੋ ਕੇ ਕੌਂਡੀ ਖੇਡਦਾ ਜੱਗਾ ਜੰਮਿਆਂ ਦੇ ਮਿਲਣ ਵਧਾਈਆਂ ਵੱਡਾ ਹੋ ਕੇ ਕੌਂਡੀ ਖੇਡਦਾ ਉਹ ਜੇਤਾ ਦਰਸ਼ਕ ਵੀਰੋ ਸਵਾਦ ਆਉਂਦਾ ਲਲਕਾਰਾ ਲਲਕੂਰਾ ਜਾ ਮਾਰ ਦੋ ਪੰਜਾਬੀਓ ਲਲਕਾਰੇ ਵੱਜਦੇ ਆ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ ਰੂਗੀ ਧਾਲੀਵਾਲ ਤੇ ਸੁੱਖ ਤੇਰਾ ਵੀਰ ਅਫੀਸ਼ਲਾਂ ਦੇ ਵਿੱਚ ਵੱਡਾ ਨਾਮ ਛਿੰਦਾ ਅਤਰਵਾਲ ਜੀ ਲਓ ਖੇਡ ਮੈਦਾਨ ਦੇ ਵਿੱਚ ਦੁੱਲਾ ਕਿ ਰਾਹ ਦੇ ਵਿੱਚ ਬਾਉਣੀ ਹੋਣੀ ਆਣ ਕੇ ਦੁੱਲੇ ਆਵੇ ਟੋਕਰਾ ਚਕਾਈ ਆਣ ਕੇ ਟੋਕਰੇ ਚੋਂ ਧਾਰ ਨਹੀਂ ਹੈਗਾ ਸਿੱਖਣਾ ਚੱਕਿਆ ਨਹੀਂ ਜਾਂਦਾ ਵੇ ਚਕਾ ਦੇ ਮੱਖਣਾ ਜੱਗ ਤੋਂ ਜਾਵੇਗਾ ਜਵਾਨੀ ਮਾਣ ਕੇ ਦੁੱਲੇ ਆਵੇ ਟੋਕਰਾ ਚਕਾ ਜੀ ਆਣ ਕੇ ਦੁੱਲੇ ਆਵੇ ਟੋਕਰਾ ਚਕਾ ਜੀ ਆਣ ਕੇ ਨਾ ਅਗਲੀ ਰੇਡ ਮੈਦਾਨ ਦੇ ਦੇਖਣੇ ਫਿਰ ਪੈਂਦੀ ਹੋਈ ਰਾਜੂ ਲਾਲੀ ਸਿੱਧੂ ਜੀ ਗੁਲਜ਼ਾਰ ਟਰਾਂਸਪੋਰਟ ਤੇ ਹੈਰੀ ਵਿਰਕ ਜੀ ਤੇ ਰਾਜੂ ਸਿੱਧਵਾਂ ਪਾਲ ਬੁੱਟਰ ਪੱਪਾ ਟਵਾਲ ਤੇ ਲਾਲੀ ਨਿਵਾਲ ਹੋਣਾ ਵੱਲੋਂ ਬਾਗੇ ਪਿੰਡ ਦੇ ਦਿੱਲੀ ਦੀਆਂ ਤਿੰਨ ਕਬੱਡੀਆਂ ਦੇ $500 ਲੱਗਾ ਹੋਇਆ ਦੋ ਕਬੱਡੀਆਂ ਪੈ ਗਈਆਂ ਇੱਕ ਬਾਕੀ ਹੈ ਦੋ ਪੈ ਚੁੱਕੀਆਂ ਨੇ ਆਹ ਇਧਰ ਮੈਦਾਨ ਦੇ ਵਿੱਚ ਬੱਲੇ 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 ਆਹ ਸੁਪਿੰਦਰ 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 ਮਾਰਾ ਬੱਲਾ ਲੱਗਣ ਦੀ ਕੋਸ਼ਿਸ਼ ਕਰਦਾ ਕਬੱਡੀ 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 ਜੱਗੂ ਭਗਵਾਨਪੁਰੀ ਹਜੇ ਮਨ ਆਸਟ੍ਰੇਲੀਆ ਆਇਓ ਥੋੜਾ ਪਿੱਛੇ ਆ ਜਿਹੜੀ ਵੀਰ ਜੀ ਇਹਦੇ ਪਾਸੇ ਮਿਹਰਬਾਨੀ ਕਰਕੇ ਪਿੱਛੇ ਹਟ ਜਿਹੜੀ ਸਪਿੰਦਰ ਮਨਾਣੇ ਵਾਲੇ ਨੇ ਮੇਲਾ ਲੁੱਟਣ ਵਾਲੀ ਗੱਲ ਕਰਤੀ ਇਹ ਸਵੇਰ ਤੋਂ ਐਰੋ ਚਵੇਲ ਨੂੰ ਪਹਿਲਾ ਹੀ ਦਫਾ ਇੱਕ ਵਾਰੀ ਮੁੰਡੇ ਲਈ ਤਾੜੀਆਂ ਮਾਰ ਦੋ ਸਪਿੰਦਰ ਮਨਾਣੇ ਦੇ ਵਾਸਤੇ ਜਦੋਂ ਦੇ ਟੂਰਨਾਮੈਂਟ ਚੱਲ ਰਿਹਾ ਸਵੇਰ ਤੋਂ ਪਹਿਲਾ ਹੀ ਦਫਾ ਲੱਗਾ ਅਜੇ ਤੱਕ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਜੱਸਾ ਵਾਧਾ ਹੋਇਆ ਪਰ ਸਰੰਪ ਯਾਰ ਉਸੇ ਪਾਸੇ ਬਲਕਾਰਾ ਆ ਟੱਕਣ ਦੀ ਕੋਸ਼ਿਸ਼ ਕਰਨਾ ਹੋਇਆ ਆਉਂਦੇ ਦੇ ਲਾਗੇ ਮੁਕਾਬਲਾ ਦੇ ਪੁਆਇੰਟ ਤਾਵੀ ਦੇ ਇਸੇ ਦੇ ਆ ਵੀਰ ਜੀ ਆ ਲਾਈਨ ਕਲੀਅਰ ਕਰਦੇ ਰਹੀ ਲਾਈਨ ਤੇ ਜਿਹੜਾ ਵੀਰ ਨੇ ਥੋੜਾ ਪਿੱਛੇ ਹਟ ਜਾਣ ਮਿਹਰਬਾਨੀ ਕਰਕੇ ਥੋੜੀ ਲਾਈਨ ਆਪਾਂ ਕਲੀਅਰ ਕਰ ਦਈਏ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਪੈਂਦੀ ਹੋਈ ਆਓ ਸਪਿੰਦਰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਆਹ ਬਹੁਤ ਹੀ ਵਧੀਆ ਅਨੁਸ਼ਾਸਨ ਦੇ ਨਾਲ ਖੇਡਿਆ ਜਾ ਰਿਹਾ ਮੁਕਾਬਲਾ ਵੀਰ ਜੀ ਆਹ ਗਰਾਊਂਡ ਦੇ ਵਿੱਚ ਰਸ਼ ਕਢਾ ਦਈਏ ਨਹੀਂ ਤਾਂ ਹੈਪੀ ਲੋਚਮ ਨੇ ਲਿਖ ਕੇ ਫਿਰ ਪਾ ਦੇਣਾ ਫੇਸਬੁੱਕ ਦੇ ਉੱਪਰ ਵੀ ਆਹ ਕਮੀ ਸੀਗੀ ਟੂਰਨਾਮੈਂਟ ਦੇ ਵਿੱਚ ਟੂਰਨਾਮੈਂਟ ਦਾ ਕਾਮਯਾਬ ਰਿਹਾ ਪਰ ਜਿਹੜੀ ਕਮੀ ਹੋਊਗੀ ਉਹ ਦਰਸ਼ਕ ਜ਼ਰੂਰ ਬਿਆਨ ਕਰ ਦੇਣਗੇ ਆਪਾਂ ਗਰਾਊਂਡ ਮਿਹਰਬਾਨੀ ਕਰਕੇ ਕਲੀਅਰ ਰੱਖੀਏ ਲਓ ਅਗਲੀ ਪੈਸੇ ਰੇਡ ਆਹ ਅੱਗੇ ਵੱਧ ਕੇ ਕੀਤਾ ਗਿਆ ਹਮਲਾ ਖਿਲਾਫ਼ ਹੈਰੀ ਸਾਹਿਬ ਆਹ ਕਮਾਲ ਕਰਦਾ ਹੋਇਆ ਮੁੰਡਾ ਤੇ $500 ਦਿੱਤਾ ਜਾਊਗਾ ਆਹ ਨੰਬਰ ਆਖਰੀ ਕਬੱਡੀ ਹੈ ਬੱਗੇ ਪਿੰਡ ਵਾਲੇ ਦੁੱਲੇ ਦੀ ਲਾਲੀ ਸਿੱਧੂ ਗੁਲਜ਼ਾਰ ਟਰਾਂਸਪੋਰਟ ਹੈਰੀ ਵਿਰਕਰੀ ਤੇ ਰਾਜੂ ਜੀ ਸਿੱਧਵਾਂ ਤੇ ਨਾਲ ਸਾਡੇ ਵੀਰ ਪਾਲ ਬੁੱਟਰ ਜੀ ਉਹਨਾਂ ਵੱਲੋਂ ਪੱਪਾ ਅਟਵਾਲ ਤੇ ਲਾਲੀ ਨਿਰਵਾਲ $500 ਦੀ ਪਈ ਫਿਰ ਬੱਗੇ ਪਿੰਡ ਦੇ ਦੁੱਲੇ ਨੂੰ ਜਿਹੜੇ ਪਿਆਰ ਕਰਦੇ ਉਹ ਵੀ ਇੱਕ ਵਾਰੀ ਮਾਰੀਆਂ ਮਾਰਦੇ ਜ਼ੋਰਦਾਰ $500 ਬੱਗੇ ਪਿੰਡ ਦੇ ਦੁੱਲੇ ਦੇ ਵਾਸਤੇ ਮਾਨ ਸਨਮਾਨ ਤਿੰਨ ਕਬੱਡੀਆਂ ਸਫਰ ਰਹੀਆਂ ਹਾਂਜੀ ਹਰਦਿਆਲ ਸੋਗਾ ਜੀ ਲਓ ਖੇਡ ਮੈਦਾਨ ਚ ਜੱਗਾ ਰਧਾਵੇ ਮਸੰਦਾ ਵਾਲਾ ਕਬੱਡੀ ਪਾਉਣ ਵਾਸਤੇ ਵਾਧਾ ਹੈ ਸਵਰਨਵਾਰ ਦਾ ਵੱਡਾ ਨਾਮ ਲਓ ਖੇਡ ਮੈਦਾਨ ਚ ਜੱਗੇ ਰਧਾਵੇ ਮਸੰਦਾ ਵਾਲੇ ਦੀ ਪਈ ਹੋਈ ਕਬੱਡੀ ਟੱਕ ਦੇ ਖੇਡ ਮੈਦਾਨ ਚ ਸੁੱਖਾ ਰਧਾਵਾ ਕੋਚਕਰ ਸੁੱਖਾ ਢੇਸੀ ਜੀ ਲੈਬ ਜੁੜੇ ਹੋਏ ਆ ਨੀਟੂ ਕਾਂਕਣਾ ਵੱਡਾ ਪਿਆਰ ਸਾਲ ਜੂਸੇ ਯੂਐਸਏ ਤੇ ਦਲਵਾਗ ਯੂਐਸਏ ਜਸਵਿੰਦਰ ਯੂਐਸਏ ਆਨੰਦ ਮਾਣਦੇ ਆ ਲਓ ਆਰੋ ਚਵੇਜ ਲੈ ਵੀ ਕਿਸ਼ਨਗੜੀਆ ਕਰਾ ਹੋ ਵੀਰੇ ਹੋ ਵੀਰੇ ਹੋ ਵੀਰੇ ਹੁਣ ਸੁੱਕਾ ਨਾ ਦੇਵੇ ਕਿਸ਼ਨਗੜੀਆ ਹੋ ਵੀਰੇ ਹੋ ਵੀਰੇ ਹੋ ਵੀਰੇ ਦੇਖੋ ਬੂਟਾ ਢੰਗਾ ਜੀ ਕਿਆ ਸਵਾਦ ਆ ਰਿਹਾ ਕਹਿੰਦੇ ਢੰਗਾਂ ਦੇ ਵਿੱਚ ਵੀ $5.5 ਦੀ $10 ਦੀ ਰੇਟ ਪਵੇਗੀ ਲੋ ਇਸ ਸਮੇਂ ਰਾਜੂ ਕੋਟਲਾ ਭੜੀ ਵਾਲਾ ਤੇ ਦੂਸਰੇ ਪਾਸੇ ਗੋਪਰ ਵਾਲਾ ਇਸ਼ਾਰਾ ਇਸ਼ਾਰਾ ਪੁਆਇੰਟ ਰਾਜੂ ਕੋਟਲਾ ਭੜੀ ਵਾਲੇ ਕਹਿੰਦਾ ਵਾਧਾ
ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਅਗਲੀ ਕਬੱਡੀ ਕਬੱਡੀ ਦਾ ਮਜ਼ਾ ਯਾਰ ਇਸ ਸਮੇਂ ਦੁੱਲਾ ਫਰੀਨੋ ਵਾਲਾ ਵੀ ਖੇਡਿਆ ਤੇ ਮਜ਼ਾ ਗਿਆ ਉਸ ਨੂੰ ਬੱਗੇ ਪਿੰਡ ਵਾਲਾ ਦੁੱਲਾ ਅਗਲੀ ਕਬੱਡੀ ਪਾਉਂਦਾ ਹੈ ਚਾਰ ਦਸੀਏ ਚੋਂ ਹਰਵਿੰਦਰ ਲੱਡੂ ਜੀ ਵੇਖੋ ਕੌਣ ਹੈ ਗੇਂਦ ਕੇ ਗੁਰੂ ਦੇ ਹੱਥ ਇੱਕ ਪਾਸੇ ਸ਼ੀਤਾ ਪਰ ਇਹ ਸਪਿੰਦਰ ਮਨਾੜੇ ਵਾਲਾ ਇਸ ਸਮੇਂ ਕਾਊ ਵੱਲੇ ਵੱਲੇ ਕਬੱਡੀ ਪੁਆਇੰਟ ਵੇਖਾਂਗੇ ਦੁੱਲਾ ਤਾਂ ਫਿਰ ਦੁੱਲਾ ਹੀ ਹੈ ਜਿਵੇਂ ਕਾਲਾ ਕਹਿੰਦਾ ਹੁੰਦਾ ਦੁੱਲਾ ਤਾਂ ਦੁੱਲਾ ਹੀ ਹੈ ਸੋ ਅਗਲੀ ਕਬੱਡੀ ਇਹ ਆ ਜੱਸਾ ਪਰਸ਼ਰਾਮਪੁਰੀ ਆ ਹਰਜਾਲ ਸੁੱਗਾ ਜੀ ਲਓ ਜੱਸਾ ਪਰਸ਼ਰਾਮਪੁਰੀਆ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਵਿਕਰ ਸਰਾਏ ਜੀ ਖੁਸ਼ ਹੈ ਨਾਲ ਸਾਰੇ ਮੇਰੇ ਵੀਰ ਫੈਡਰੇਸ਼ਨ ਦੇ ਲਾਓ ਇਹ ਕਹਿੰਦੇ ਬਲਕਾਰਾ ਸ਼ਿਕਾਰ ਵਾਸੀਆਂ ਵਾਲਾ ਇਹਦੀ ਇੱਕ ਚਪੇੜ ਨਾ ਲਾਹੌਰ ਬਾਦਸ਼ਾਹ ਦੀ ਟੀਮ ਕਹਿੰਦੇ ਗਰਾਊਂਡ ਛੱਡ ਕੇ ਚਲ ਗਈ ਸੀ ਇਹ ਆ ਸ਼ਿਕਾਰ ਵਾਸੀਆਂ ਦਾ ਬਲਕਾਰਾ ਰਾਜ ਬਧਨੀ ਜੀ ਸ਼ਾਬਾਸ਼ੇ ਦਿੰਦੇ ਹੋਏ ਚਾਲੋ ਗੁਬਰ ਕਾ ਪਾ ਕਬੱਡੀ ਲਾਓ ਐਰੋ ਤੇ ਜਾਰੋ ਥਿਗਲੀ ਵਾਲਿਆ ਹੋ ਵੀਰੇ ਕਰਾਂ ਸਵਾਦ ਆ ਜੀ ਲਾਓ ਮਾਨਕ ਧਾਲੀ ਵਾਲ ਗੇਟ ਵਾਲਾ ਇੱਥੇ ਰੱਖ ਮਾਨਕ ਧਾਲੀ ਵਾਲ ਵੇ ਵਾਹ ਪਰ ਪੰਜਾਬੀਆਂ ਦਾ ਸੁਲੱਖਣ ਸਿੰਘ ਤਾਂ ਸੁਲੱਖਣ ਸਿੰਘ ਹੀ ਆ ਅਗਲੀ ਕਬੱਡੀ ਇਸ ਸਮੇਂ ਰਾਜੂ ਦੀ ਫਿਰ ਪੈਂਦੀ ਹੋਈ ਖੇਡ ਮੈਦਾਨ ਦੇ ਵਿੱਚ ਯਾਦ ਕੋਟ ਲਈ ਜਿੰਨੇ ਜੱਫੇ ਲਾਓ $150 ਸੁੱਕੀ ਦਸਾਂਝ ਬੂਟਾ ਦਸਾਂਝ ਜੀ ਬਲਰਾਜ ਸੰਘਾ ਬੱਬਲ ਸੰਗਰੂਰ ਤੇ ਨਾਲ ਸੋਨੂ ਬਾਸ ਜੀ ਕਹਿੰਦੇ $150 ਯਾਦ ਕੋਟ ਲਈ